ਡੰਡਾਉਤ ਬੰਧਨ ਅਨਕਵਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਮੂਖ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹੱਲਾ ਪੰਜਵਾ। ਪ੍ਰਭ ਪ੍ਰੀਤਮ ਮੇਰਾ ਸੰਗ ਰਾਏ ਜਿਸਹ ਦੇਖ ਹਉ ਜੀਵਾ ਮਾਏ। ਪ੍ਰਭ ਪ੍ਰੀਤਮ ਮੇਰਾ ਸੰਗ ਰਾਏ ਜਿਸਹ ਦੇਖ ਹਉ ਜੀਵਾ ਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਉੱਦਮ ਔਰ ਪ੍ਰੇਰਨਾ ਦੁਆਰਾ ਅੰਮ੍ਰਿਤ ਵੇਲੇ ਇਸ਼ਨਾਨ ਆਦਿ ਕਰਕੇ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋ। ਚੱਲ ਰਹੀ ਅਸਥਾਨ ਦੀ ਮਰਿਆਦਾ ਦੇ ਮੁਤਾਬਕ ਗੁਰੂ ਸਾਹਿਬ ਦੇ ਸੋਹਣੇ ਪ੍ਰਕਾਸ਼ ਹੋਏ ਪੰਜ ਬਾਣੀਆਂ ਦਾ ਨਿਤਨੇਮ ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਚੱਲ ਰਹੀ ਲੜੀਵਾਰ ਕਥਾ ਜੋ ਬਸੰਤ ਰਾਗ ਵਿੱਚ ਹੈ ਅਤੇ 1180-81 ਅੰਗ 'ਤੇ ਕਥਾ ਜਿਹੜੀ ਹੈ ਪਹੁੰਚੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਮਹਾਨ ਕਿਰਪਾ ਦਾ ਸਦਕਾ ਇਹ ਨਾਮ ਰੂਪੀ ਕਥਾ ਰੂਪੀ ਜਿਹੜਾ ਅੰਮ੍ਰਿਤ ਹੈ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ। ਪੁਰਾਣੇ ਸਮੇਂ ਵਿੱਚ ਵੀ ਐਸਾ ਵਿਚਾਰ ਗ੍ਰੰਥਾਂ ਵਿੱਚ ਮਿਲਦਾ ਹੈ ਕਿ ਜਿਵੇਂ ਪੁਰਾਣੇ ਜਿਹੜੇ ਰਿਸ਼ੀ ਹੈ ਵਾਲਮੀਕ ਭਾਰਦਵਾਜ ਹੈ, ਅੰਗਰੇ ਰਿਸ਼ੀ ਹੈ, ਅਗਸਤ ਮੁਨੀ ਹੈ, ਕਾਕਸੁੰਡੀ ਲੋਮਸ਼ ਰਿਸ਼ੀ ਆਦਿਕ ਵਿਸ਼ਿਸ਼ਟ ਅਤੇ ਹੋਰ ਬਹੁਤ ਸਾਰੇ ਐਸੇ
ਤੱਤ ਵੇਤੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਜੀਵਨ ਕਾਲ ਵਿੱਚ ਸੰਗਤਾਂ ਨੂੰ ਕਥਾ ਪ੍ਰਸੰਗ ਸੁਣਾਉਂਦੇ ਰਹੇ ਔਰ ਉਹ ਕਥਾ ਦੇ ਜਿਹੜੇ ਗ੍ਰੰਥ ਹੈ ਉਹ ਵੀ ਉਹਨਾਂ ਨੇ ਲਿਖੇ ਹੈ। ਸਾਹਿਤਕ ਪੱਖ 'ਤੇ ਸੰਗੀਤ ਦੇ ਉੱਤੇ ਵੀ ਇਤਿਹਾਸ ਪੁਰਾਣ ਵਗੈਰਾ ਨੀਤੀ ਦੇ ਉੱਤੇ ਵੀ ਔਰ ਔਸ਼ਧੀਆਂ ਦੇ ਉੱਤੇ ਵੀ ਗ੍ਰੰਥ ਉਹਨਾਂ ਨੇ ਲਿਖੇ ਆ ਜਿਹੜੇ ਅੱਜ ਵੀ ਮਿਲਦੇ ਆ। ਇਸ ਤਰ੍ਹਾਂ ਸ਼ਿਵਜੀ ਦੀ ਕਥਾ ਵੀ ਹੈ ਕਿ ਪਾਰਵਤੀ ਨੇ ਅਮਰ ਕਥਾ ਸੁਣਨ ਵਾਸਤੇ ਬੇਨਤੀ ਕੀਤੀ ਸੀ ਅਤੇ ਜੋ ਅਮਰਨਾਥ ਸਥਾਨ ਹੈ ਉਸ ਸਥਾਨ 'ਤੇ ਉਹਨਾਂ ਨੇ ਕਥਾ ਜਿਹੜੀ ਸੀ ਪਾਰਵਤੀ ਨੂੰ ਸਰਵਣ ਕਰਾਈ ਸੀ। ਇਹ ਜਿਹੜੀ ਕਥਾ ਆ ਉਹ ਰਮਾਇਣ ਦੀ ਕਥਾ ਸੁਣਾਈ ਉਹਨਾਂ ਨੇ ਇਤਿਹਾਸ ਦੀ। ਇਸ ਤਰ੍ਹਾਂ ਬਿਆਸ ਜੀ ਨੇ ਚਾਰ ਵੇਦਾਂ ਨੂੰ ਵਿਚਾਰ ਕੇ ਛਿਆਂ ਸ਼ਾਸਤਰਾਂ 'ਚ ਇੱਕ ਵੇਦਾਂਤ ਸ਼ਾਸਤਰ ਬਣਾਇਆ ਜਿਹ 'ਚ ਅਧਿਆਤਮ ਬਾਰੇ ਕਾਫੀ ਕੁਝ ਦੱਸਿਆ ਗਿਆ। ਸਾਖੀ ਕਹਾਣੀ ਨੇ ਹੋਰ ਵੀ ਉਹਨਾਂ ਨੇ 18 ਪੁਰਾਣਾਂ ਦੀ ਰਚਨਾ ਕੀਤੀ। ਫਿਰ ਨਾਰਦ ਜੀ ਦੇ ਨਾਲ ਉਹਨੇ ਵਿਚਾਰ ਵਟਾਂਦਰਾ ਕੀਤਾ ਕਿ ਮੇਰੇ ਮਨ ਵਿੱਚ ਸ਼ਾਂਤੀ ਨਹੀਂ ਹੋ ਰਹੀ। ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਗ੍ਰੰਥ ਬਣਾਓ ਕਿਉਂਕਿ ਬਿਨਾਂ ਪ੍ਰੇਮ ਸ਼ਰਧਾ ਭਗਤੀ ਵਿਰਾਗ ਤੋਂ ਬਿਨਾਂ ਜਿਹੜਾ ਗਿਆਨ ਹੈ ਨਾ ਉਹ ਨਹੀਂ ਟਿਕਦਾ ਹੈ। ਫਿਰ ਉਹਨਾਂ ਨੇ ਜਿਹੜਾ ਭਾਗਵਤ ਪੁਰਾਣ ਸੀ ਇਹ ਜਿਹੜਾ ਗ੍ਰੰਥ ਉਹਨਾਂ ਨੇ ਬਣਾਇਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਲਯੁਗੀ ਜੀਵਾਂ ਦੇ ਕਲਿਆਣ ਵਾਸਤੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ ਹੈ ਇਹਦੇ ਵਿੱਚ ਉਹਨਾਂ ਨੇ ਸਾਰੇ ਹੀ ਪੱਖ ਰੱਖੇ ਹੈ। ਪ੍ਰੇਮ ਵੀ ਹੈ, ਭਗਤੀ ਵੀ ਹੈ, ਗਿਆਨ ਵੀ ਹੈ, ਵਿਰਾਗ ਵੀ ਹੈ। ਹੋਰ ਵੀ ਮਹਾਰਾਜ ਨੇ ਬਹੁਤ ਸੁੰਦਰ ਵਿਚਾਰ ਬਖਸ਼ਿਸ਼ ਕੀਤੇ ਹਨ ਕਿ ਇੱਕ ਜਗ੍ਹਾ ਤੋਂ ਹੀ ਸਾਰੇ ਤੱਤ ਜਿਹੜੇ ਉਹ ਮਿਲ ਜਾਂਦੇ ਆ। ਜਿਵੇਂ ਕਈ ਦੁਕਾਨਾਂ ਹੁੰਦੀਆਂ ਉੱਥੇ ਉਹ ਥੋੜ੍ਹਾ ਥੋੜ੍ਹਾ ਸਾ ਜੋ ਸਮਾਜ ਹੁੰਦਾ ਪਰ ਜਿਹੜਾ ਵੱਡੇ ਪੰਸਾਰੀ ਹੈ ਉਹਨਾਂ ਕੋਲ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ। ਇੱਕ ਹੈਗੇ ਆ
ਉਹ ਡੁੱਗ ਡੁੱਗੀ ਜੇ ਵੀ ਬੜੀ ਖੜਕਾਉਂਦੇ ਆ ਆਪਣਾ ਪ੍ਰਚਾਰ ਇਸ਼ਤਿਹਾਰਾਂ ਨਾਲ। ਵੈਸੇ ਵੀ ਤੂਤਰੂਜਾ ਫੜ ਕੇ ਕਰਦੇ ਆ ਅੱਜ ਕੱਲ੍ਹ ਸਪੀਕਰ ਆ, ਕੋਈ ਗੰਢੇ ਵੇਚਦਾ ਫਿਰਦਾ, ਕੋਈ ਮੂਲੀਆਂ ਗਾਜਰਾਂ ਵੇਚਦਾ, ਉਹਨਾਂ ਕੋਈ ਇੰਨਾ ਕੋਈ ਸੌਦਾ ਹੁੰਦਾ। ਅਤੇ ਜਿਹੜੇ ਵੱਡੇ ਪੰਸਾਰੀ ਆ ਉਹ ਤਾਂ ਨਹੀਂ ਨਾ ਇਉਂ ਘੁੰਮਦੇ, ਉੱਥੇ ਦੇ ਲੋਕ ਆਪੇ ਹੀ ਜਾਂਦੇ ਆ। ਇਹ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰ। ਇਹਦੇ ਵਿੱਚ ਜਿਸ ਮਨ ਬਸੈ ਸੋਨੇ ਲਾਇ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਨਮ ਮਰਨ ਤਾਕਾ ਦੁੱਖ ਨਿਵਾਰ, ਦੁਲੱਭ ਦੇਹ ਤਤਕਾਲ ਉਦਾਰ। ਇੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਲੈ ਲਓ, 24 ਸਲੋਕ ਅਤੇ 24 ਅਸ਼ਟਪਦੀਆਂ ਆ। ਉਹ ਇਕੱਲੇ ਇਕੱਲੇ ਚੈਪਟਰ ਬਣਾ ਕੇ ਉਹਨਾਂ 'ਤੇ ਦੇਖ ਲਓ ਕਿੰਨੀ ਸੁੰਦਰ ਵਿਆਖਿਆ ਕੀਤੀ ਹੋਈ ਹੈ। ਔਰ ਇਹ ਇਤਨੀ ਹਰਮਨ ਪਿਆਰੀ ਬਾਣੀ ਆ, ਹਰ ਮਤ ਮਤਾਂਤਰ ਦਾ ਬੰਦਾ ਜਿਹਨੂੰ ਪਰਮੇਸ਼ਰ ਦੀ ਪ੍ਰਾਪਤੀ ਦੀ ਲਗਨ ਆ, ਬੜੀ ਸ਼ਰਧਾ ਭਗਤੀ ਦੇ ਨਾਲ ਪੜ੍ਹਦੇ ਸੁਣਦੇ ਆ। ਕਿੰਨੀਆਂ ਬੋਲੀਆਂ 'ਚ ਇਹਦੇ ਅਨੁਵਾਦ ਹੋਏ ਆ। ਸੋ ਇਸ ਵਾਸਤੇ ਕਿ ਗੁਰੂ ਮਹਾਰਾਜ ਨੇ ਐਸਾ ਦੁਰਲੱਭ ਖਜ਼ਾਨਾ ਬਖਸ਼ਿਸ਼ ਕੀਤਾ, ਪਰ ਸਾਡੇ ਭਾਗ ਮਾੜੇ ਹੈ ਕਿ ਜਿਵੇਂ ਕਬੀਰ ਜੀ ਨੇ ਕਿਹਾ, ਸੁਣ ਸੁਣ ਬੱਤੀਆਂ ਆਵਤ ਹਾਸੀ, ਪਾਣੀ ਮੈਂ ਮਰੇ ਮੀਨ ਪਿਆਸੀ। ਅਤੇ ਦੁਨੀਆ ਦੀਆਂ ਗੱਲਾਂ ਸੁਣ ਸੁਣ ਕੇ ਬੜਾ ਹਾਸਾ ਆਉਂਦਾ ਕਿ ਜਿਹੜੀ ਮੀਨ ਮੱਛੀ ਪਾਣੀ 'ਚ ਰਹਿੰਦੀ ਉਹ ਪਿਆਸੀ ਮਰ ਗਈ, ਅਤੇ ਰਹਿੰਦੀ ਤਾਂ ਪਾਣੀ ਵਿੱਚ ਸੀ, ਫਿਰ ਪਿਆਸੀ ਕਿਵੇਂ ਮਰ ਗਈ? ਭਾਵ ਲਾਭ ਨਹੀਂ ਲਿਆ, ਕਦਰ ਨਹੀਂ ਜਾਣੀ। ਗੁਰੂ ਮਹਾਰਾਜ ਨੇ ਕਿੱਡੀ ਵੱਡੀ ਮਹਾਨ ਬਖਸ਼ਿਸ਼ ਕਿਰਪਾ ਕੀਤੀ, ਅੱਜ ਦਾ ਸੰਸਾਰ ਨਸ਼ਿਆਂ ਵਿਸ਼ਿਆਂ ਫੈਸ਼ਨਾਂ ਦੇ ਮਗਰ ਲੱਗ ਕੇ ਕਿਸ ਤਰ੍ਹਾਂ ਆਪਣਾ ਜੀਵਨ ਤਬਾਹ ਅਤੇ ਬਰਬਾਦ ਕਰ ਰਿਹਾ ਹੈ। ਬੜੇ ਬੜੇ ਬੋਰਡ ਲੱਗੇ ਆ ਕਿ ਹੁਣ ਕੋਈ ਅਨਪੜ੍ਹ ਨਹੀਂ ਰਹਿਣ ਦੇਣਾ। ਔਰ ਸਵੇਰੇ ਹੀ ਡੇਢ ਦੋ ਦੋ ਸਾਲ ਦੇ ਨਿਆਣੇ ਸਕੂਲਾਂ ਵੱਲ ਤੁਰ ਪੈਂਦੇ ਆ, ਕਿਸੇ ਨੂੰ ਆਪ ਛੱਡਣ ਜਾਂਦੇ, ਕਿਸੇ ਨੂੰ ਗੱਡੀਆਂ ਮੋਟਰਾਂ ਲੈਣ ਆ ਜਾਂਦੇ ਆ, ਆਉਂਦਿਆਂ ਹੀ ਟਿਊਸ਼ਨ ਪੜ੍ਹਨ ਵੀ ਚਲ ਜਾਂਦੇ ਆ। ਅਤੇ ਫਿਰ ਵੀ ਇਹ ਨਸ਼ਾ ਵਿਸ਼ਾ ਅਤੇ ਹੋਰ ਔਗਣ ਬਹੁਤ ਵਧੇ ਹੋਏ ਆ। ਇਹਦਾ ਕਾਰਨ ਕੀ ਹੈ?
ਕਾਰਨੇ ਹੈ ਵੇ ਸਤਸੰਗਤ ਹੈ ਨੀ, ਸੰਗਤ ਨੂੰ ਟੁੱਟ ਗਿਆ। ਅੰਮ੍ਰਿਤ ਵੇਲੇ ਦਾ ਇਸ਼ਨਾਨ, ਨਿਤਨੇਮ, ਬਾਣੀ, ਕਥਾ, ਕੀਰਤਨ ਔਰ ਵਿਚਾਰ ਦਾ ਲਾਭ ਨਹੀਂ ਲੈ ਰਹੇ। ਅਤੇ ਜਿਹੜੇ ਸਤਸੰਗਤ ਕਰਦੇ ਆ ਉਹ ਤਾਂ ਜ਼ਰੂਰ ਇਹਨਾਂ ਔਗਣਾਂ ਤੋਂ, ਬਿਮਾਰੀਆਂ ਤੋਂ ਬਚ ਜਾਂਦੇ ਆ। ਅਤੇ ਜੇ ਹੁਣ ਗੰਗਾ ਦੇ ਕਿਨਾਰੇ ਰਹਿ ਕੇ ਵੀ ਕੋਈ ਬੋਤਲ ਪੀ ਜਾਂਦਾ ਅਤੇ ਗੰਗਾ ਜਲ ਦਾ ਤਾਂ ਕੋਈ ਕਸੂਰ ਨਹੀਂ ਨਾ। ਗੰਗਾ ਜਲ ਹੈਗਾ ਤਾਂ ਸ਼ੁੱਧ ਹੀ ਆ, ਪਰ ਜੇ ਮਿੱਟੀ 'ਚ ਪਾ ਕੇ ਉਹਦੀ ਸ਼ਰਾਬ ਕੱਢ ਲਈ ਫਿਰ ਉਹ ਗੰਗਾ ਜਲ ਗੰਗਾ ਜਲ ਰਹੂਗਾ। ਧਰਮ ਸਥਾਨਾਂ 'ਤੇ ਆ ਕੇ ਆਪਾਂ ਸਿੱਖਿਆ ਲੈਣੀ ਹੈ। ਹੁਣ ਜੇਲ੍ਹਾਂ ਦੇ ਵਿੱਚ ਵੀ ਨਸ਼ਾ ਚੱਲਦਾ, ਖਬਰਾਂ ਰੋਜ਼ ਆਉਂਦੀਆਂ, ਕਿਵੇਂ ਜਾਂਦਾ, ਕਿਸ ਤਰ੍ਹਾਂ ਹੁੰਦਾ। ਜੇ ਕੋਈ ਧਰਮ ਸਥਾਨਾਂ 'ਤੇ ਰਹਿ ਕੇ ਵੀ ਨਸ਼ੇ ਨਹੀਂ ਛੱਡਦਾ, ਉਹ ਸਥਾਨ ਦਾ ਕਸੂਰ ਨਹੀਂ, ਇਹ ਸਾਡੀ ਕੁਸੰਗਤ ਦਾ ਪ੍ਰਭਾਵ ਹੈ। ਕਿਉਂਕਿ ਕੁਸੰਗਤ ਜਿੱਥੇ ਮਰਜ਼ੀ ਕਰ ਲਓ, ਸੰਗਤ ਹਰੇਕ ਤਾਂ ਨਹੀਂ ਮਿਲਦੀ। ਗੰਗਾ ਨੀਰ ਜੋ ਘਰ ਕਰਿਆ ਪੀਵੈ ਨਿਰਮਲ ਨੀਰ, ਜੇ ਤਾਂ ਨਿਰਮਲ ਨੀਰ ਪੀ ਲਿਆ ਫਿਰ ਤਾਂ ਠੀਕ ਹੈ, ਜੇ ਉੱਥੇ ਬਹਿ ਕੇ ਵੀ ਬੋਤਲ ਪੀਵੇ ਤਾਂ ਗੰਗਾ ਵਿਚਾਰੀ ਕੀ ਕਰੇਗੀ। ਇਸ ਵਾਸਤੇ ਗੁਰੂ ਮਹਾਰਾਜ ਨੇ ਸਾਨੂੰ ਉੱਚਾ ਚੁੱਕਣ ਵਾਸਤੇ ਕਿੰਨਾ ਖੂਨ ਡੋਲਿਆ। ਸਾਡੀ ਐਸੀ ਬਦਕਿਸਮਤੀ ਹੈ, ਅਸੀਂ ਕੋਈ ਕਦਰ ਨਹੀਂ ਜਾਣੇ ਉਹਨਾਂ ਸ਼ਹੀਦਾਂ ਦੀ, ਇਸ ਪਾਸੇ ਧਿਆਨ ਨਹੀਂ ਦਿੱਤਾ। ਆਓ ਇਹ ਗੁਰੂ ਮਹਾਰਾਜ ਅਤੇ ਆਪਣੀ ਬਖਸ਼ਿਸ਼ ਕਰਦੇ ਆ, ਜਿਨ੍ਹਾਂ ਦੇ ਭਾਗ ਹੈ ਉਹ ਹੀ ਲਾਭ ਲੈਂਦੇ ਆ। ਬਸੰਤ ਰਾਗ ਆਰੰਭ ਹੋ ਚੁੱਕਾ, ਰਾਗਾਂ 'ਚ ਬੜੀ ਬਰਕਤ ਹੈ। ਬਸੰਤ ਰਾਗ ਦਾ ਸ਼ਬਦ ਪੜ੍ਹ ਲੈਣਾ ਤਾਂ ਹਰੇਕ ਹੀ ਰਾਗੀ ਪੜ੍ਹ ਲਊਗਾ, ਪਰ ਬਸੰਤ ਰਾਗ ਨੂੰ ਉਸ ਮਰਯਾਦਾ ਵਿੱਚ ਗਾਉਣਾ ਉਹ ਹਰੇਕ ਨਹੀਂ ਕਰ ਸਕਦਾ। ਬਸੰਤ ਰੁੱਤ ਸੀ, ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਯਾਤਰਾ ਵਾਸਤੇ ਗਏ। ਬਾਕੀ ਉਹਨੇ ਧਰਮ ਸਥਾਨਾਂ ਦੀ ਸੇਵਾ ਕਰਾਈ ਸੀ, ਤਖ਼ਤ ਕੇਸਗੜ੍ਹ ਦੀ ਸੇਵਾ ਨਹੀਂ ਸੀ ਕਰਾ ਸਕੇ। ਉਹ ਫਿਰ ਸੰਤ ਬਾਬਾ ਹਰੀ ਸਿੰਘ ਕਹਾਰਪੁਰ ਵਾਲਿਆਂ ਨੇ ਸੇਵਾ ਕਰਾਈ ਸੀ। ਇਹਦੇ ਪਿੱਛੇ ਵੀ ਮਹਾਂਪੁਰਖਾਂ ਨੇ ਕੋਈ ਬਚਨ ਦੱਸਿਆ ਸੀ। ਸੋ ਅਤੇ ਮਹਾਰਾਜ ਦੇ ਮਨ 'ਚ ਫੁਰਨਾ ਆਇਆ ਕਿ ਬਸੰਤ ਰਾਗ ਸਰਵਣ ਕੀਤਾ ਜਾਏ।
ਉੱਥੇ ਚੰਗੇ ਚੰਗੇ ਰਾਗੀ ਹੈਗੇ ਸੀ। ਉਹਨਾਂ ਰਾਗੀਆਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਭਾਈ ਰਾਗ ਗਾਵਾਂਗੇ, ਆਪ ਸਾਰਿਆਂ ਨੇ ਸਫੈਦ ਵਸਤਰ ਧਾਰਨ ਕਰਕੇ ਆਉਣਾ। ਕਹਿਣ ਲੱਗੇ ਠੀਕ ਆ। ਜਦੋਂ ਫਿਰ ਰਾਗੀਆਂ ਨੇ ਬਸੰਤ ਰਾਗ ਗਾਇਆ ਅਤੇ ਸਾਰੀ ਮਹਾਰਾਜ ਰਣਜੀਤ ਸਿੰਘ ਦੇ ਸਮੇਤ ਸੰਗਤ ਜਿੰਨੀ ਸੀ ਆਨੰਦ ਸਰੂਪ 'ਚ ਹੋ ਗਈ, ਸਮਾਧੀਆਂ ਲੱਗ ਗਈਆਂ ਅਤੇ ਸਾਰਿਆਂ ਦੇ ਵਸਤਰ ਚਿੱਟਿਆਂ ਤੋਂ ਪੀਲੇ ਹੋ ਗਏ ਅਤੇ ਸਾਰੇ ਬੜੇ ਕਮਾਲ ਦੀ ਗੱਲ ਆ। ਫਿਰ ਮਹਾਰਾਜ ਨੇ ਖੁਸ਼ ਹੋ ਕੇ ਨਾ ਉਹਨਾਂ ਨੂੰ ਇੱਕ ਬਾਗ ਦਿੱਤਾ, ਉਸ ਬਾਗ ਦਾ ਨਾਂ ਆ ਰਾਗੀ ਬਾਗ ਸ਼੍ਰੀ ਅਨੰਦਪੁਰ ਸਾਹਿਬ। ਸੰਤ ਹਰਖੁਆਲ ਵਾਲੇ ਉੱਥੇ ਹੀ, ਉਹਨਾਂ ਦੀ ਝੌਂਪੜੀ ਹੁੰਦੀ ਸੀ, ਰਿਹਾਇਸ਼ ਰੱਖਦੇ ਰਹੇ, ਉੱਥੇ ਹੀ ਲੰਗਰ ਲਾਉਂਦੇ ਹੁੰਦੇ ਸੀ। ਹੁਣ ਉੱਥੇ ਭਾਈ ਆਨੰਦ ਲਾਲ ਅਕੈਡਮੀ ਸ਼੍ਰੋਮਣੀ ਕਮੇਟੀ ਨੇ ਬਣਾਈ ਹੈ। ਉਹ ਰਾਗੀਆਂ ਨੂੰ ਦਿੱਤਾ ਸੀ ਖੁਸ਼ ਹੋ ਕੇ, ਮਤਲਬ ਐਸੇ ਰਾਗ ਭੈਰੋਂ ਰਾਗ ਆ, ਜੇ ਗਾਇਆ ਜਾ ਕੋਲੂ ਆਪੇ ਚੱਲਣ ਲੱਗ ਜਾਣਗੇ, ਮਲਹਾਰ ਰਾਗ ਵਰਸ਼ਾ ਸ਼ੁਰੂ ਹੋ ਜਾਏਗੀ, ਸ੍ਰੀ ਰਾਗ ਰਾਗਾਂ ਵਿੱਚ ਸ੍ਰੀ ਰਾਗ ਸਭ ਨੂੰ ਕਠਿਨ ਆ, ਇਹ ਤਪਦਿਕ ਦੀ ਬਿਮਾਰੀ ਨਹੀਂ ਰਹੂਗੀ ਜੇ ਸੁਣਿਆ ਜਾਏ, ਨਾ ਤਾਂ ਹੁਣ ਸੁਣਨ ਵਾਲੀ ਆ ਨਾ ਗਾਉਣ ਵਾਲੀ ਆ, ਦੋਹਾਂ ਪਾਸਿਆਂ 'ਚ ਕਮੀ ਆ। ਸੁਣਨ ਵਾਲਿਆਂ ਦੇ ਮਨ ਵੀ ਟਿਕਦੇ ਨਹੀਂ, ਕਲਯੁੱਗ ਦਾ ਇੰਨਾ ਪ੍ਰਭਾਵ ਆ, ਟਿਕਾ ਹੈ ਨਹੀਂ। ਉਹ ਸਵਾਮੀ ਏਕਨਾਥ ਜੀ ਸੀਗੇ, ਉਹਨਾਂ ਕੋਲ ਕੋਈ ਪ੍ਰੇਮੀ ਆਇਆ ਕਿ ਮਹਾਰਾਜ ਬੜਾ ਜਪਤਪੀ ਕਰਦੇ ਹਾਂ ਸਾਧਨ, ਮਨ ਨਹੀਂ ਟਿਕਦਾ, ਇਹੀ ਪ੍ਰਸ਼ਨ ਕਰਨਾ। ਜਦੋਂ ਨਾ ਹਟਿਆ, ਕਹਿਣ ਲੱਗੇ ਹੁਣ ਤੂੰ ਐਂ ਹੋ ਕਿ ਤੇਰੀ ਉਮਰ ਹੁਣ 7 ਕੁ ਦਿਨ ਦੀ ਹੈ, ਭਜਨ ਬਾਣੀ ਕਰ ਲੈ, ਵਾਧੂ ਗੱਲਾਂ 'ਚ ਤਾਂ ਕੋਈ ਮਿਲਣਾ ਮਿਲਾਉਣਾ ਨਹੀਂ। ਅਤੇ ਜਦੋਂ ਹੋ ਗਿਆ ਵੀ ਹੁਣ ਮੌਤ ਦੀ ਹੈ, ਫਿਰ ਨਾ ਖਾਣ ਦੀ, ਨਾ ਪਹਿਨਣ ਦੀ, ਨਾ ਕਿਸੇ ਹੋਰ ਪਾਸੇ ਖਿਆਲ ਜਾਵੇ, ਆ ਗਿਆ ਵੀ ਮਹਾਰਾਜ ਦਿਨ ਤਾਂ ਲੰਘ ਗਏ। ਕਹਿੰਦੇ 8 ਦਿਨ ਤੇਰਾ ਮਨ ਗਿਆ ਕਿਸੇ ਪਾਸੇ, ਟਿਕਿਆ ਰਿਹਾ ਕਿ ਨਹੀਂ? ਕਹਿੰਦੇ ਮੌਤ ਦੀਦੀ ਸੀ। ਕਹਿੰਦੇ ਬਸ ਫਿਰ ਜਿਨ੍ਹਾਂ ਨੂੰ ਪਰਮਾਤਮਾ ਦੇ ਮੌਤ ਸਦਾ ਚੇਤੇ ਆ ਨਾ, ਉਹਨਾਂ ਦਾ ਮਨ ਤਾਂ ਟਿਕਿਆ ਰਹਿੰਦਾ। ਜਿਹੜੇ ਪਰਮਾਤਮਾ ਨੂੰ ਭੁੱਲ ਗਏ, ਮੌਤ ਨੂੰ ਭੁੱਲ ਗਏ, ਉਹ ਫਿਰ ਕਲਛਣੇ ਕੰਮ ਕਰੀ ਜਾਂਦੇ ਆ, ਉਹ ਪੁੱਠਿਆਂ ਕੰਮਾਂ ਨਾਲ ਤਾਂ ਮੌਤ ਆ ਜਾਂਦੀ ਹੈ। ਅਤੇ ਜਿਹੜੇ ਗੁਰਮੁਖ ਆ, ਮੌਤ ਆਉਂਦੀ ਹੈ ਪਰ ਗੁਰਮੁਖ ਆਏ ਜਾਏ ਨਿਸੰਗ, ਉਹਨਾਂ ਦੀ ਮੌਤ ਵੀ, ਉਹਨਾਂ ਦਾ ਜਨ, ਉਹਨਾਂ ਦਾ ਰਹਿਣਾ ਵੀ ਸਤਿਕਾਰ ਸਹਿਤ ਹੀ ਹੁੰਦਾ। ਸੋ ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿਚਾਰ ਸਰਵਣ ਕਰੀਏ। ਗੁਰੂ ਸਾਹਿਬ
ਕਿਰਪਾ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਬਸੰਤ ਮਹੱਲਾ ਪੰਜਵਾ। ਬਸੰਤ ਰਾਗ ਪੰਜਵੇਂ ਪਾਤਸ਼ਾਹ ਜੀ ਸਦੀਆਂ ਤੋਂ ਪਹਿਲਾਂ ਇਹ ਬਾਣੀ ਆਚਾਰੀ, ਅੱਜ ਵੀ ਇਹ ਉਸੇ ਤਰ੍ਹਾਂ ਹੀ ਨਵੀਨ ਆ। ਇਹਦੇ 'ਚ ਕੋਈ ਪੁਰਾਣਾ ਭਾਵ ਆਇਆ, ਕੋਈ ਜੀਰਣਤਾ, ਕੋਈ ਕਮਜ਼ੋਰੀ ਆਈ। ਲੋਹੇ ਦੇ ਗਾਡਰ ਸਮੇਂ ਤੋਂ ਬਾਅਦ ਉਹ ਵੀ ਗਲ ਗੁਲ ਜਾਂਦੇ ਆ, ਲੱਕੜਾਂ ਨੂੰ ਵੀ ਘੁਣ ਲੱਗ ਜਾਂਦਾ। ਇਨਸਾਨ ਨਿੰਮਿਆ ਜੰਮਿਆ, ਜਵਾਨ ਹੋਇਆ, ਬੁੱਢਾ ਹੋਇਆ, ਮਰ ਗਿਆ, ਕਿੰਨੀਆਂ ਅਵਸਥਾ ਆਈਆਂ। ਫਿਰ ਧੂੜ ਉੱਡਦੀ ਫਿਰਦੀ ਹੈ ਸਿਵਿਆਂ ਦੀ, ਬੰਬ ਰੋਲਾ ਬਣ ਕੇ। ਪਰ ਇਹ ਬਾਣੀ ਇੱਕ ਰਸ ਹੈ, ਕਿਉਂਕਿ ਪੂਰਨ ਦੀ ਬਾਣੀ ਹੈ। ਪੂਰਨੋ ਆ, ਪੂਰਾ ਜਿਹੜਾ ਹੈ ਨਾ, ਪੂਰਨ ਕਬ ਹੋਣਾ ਡੋਲਤਾ। ਹਾਂਜੀ, ਉਹ ਆਪੇ ਹੀ ਪੂਰਾ ਆ। ਪੂਰਨ ਕਬ ਹੋਣਾ ਡੋਲਤਾ, ਇੱਕ ਰਸ ਰਹਿੰਦਾ। ਪੂਰਨ ਉਹ ਜਿਹੜਾ ਇੱਕ ਰਸ, ਜਿਹੜਾ ਅਧੂਰਾ ਇੱਕ ਰਸ ਥੋੜ੍ਹੀ ਆ। ਉਹਦਾ ਦਿਹਾੜੀ ਵਿੱਚ ਕਈ ਦਸ਼ਾਂ ਬਣਦੀਆਂ ਮੰਨਦੀਆਂ। ਪੂਰਾ ਕੀ ਆ? ਪ੍ਰਭ ਆਪ, ਜਿਹਨੂੰ ਪ੍ਰਭੂ ਨੇ ਆਪ ਪੂਰਾ ਕੀਤਾ ਉਹੀ ਪੂਰਾ ਹੋਊਗਾ। ਬੰਦਿਆਂ ਦੇ ਬਣਾ ਥੋੜ੍ਹੇ ਪੂਰਾ ਹੁੰਦਾ। ਇਸ ਕਰਕੇ ਉਹ ਪੂਰਨ ਆਪ ਜਿਹਨੂੰ ਪੂਰਾ ਬਣਾ ਦਿਆ ਉਹੀ ਪੂਰਾ ਬਣੇਗਾ। ਅਤੇ ਅੱਜ ਕੱਲ੍ਹ ਬੰਦੇ ਪੂਰਾ ਬਣਾਉਂਦੇ ਆ, ਬੰਦੇ ਜਿਹਦੇ ਮਗਰ ਜ਼ਿਆਦਾ ਬੰਦੇ ਆ ਉਹਨੂੰ ਪਦਵੀ ਵੀ ਵੱਡੀ ਦੇ ਦਿੰਦੇ ਆ। ਇਹ ਕੋਈ ਸਕੂਲੀ ਡਿਗਰੀ ਨਹੀਂ ਹੈਗੀ ਜਿਹੜੀ ਮਿਲ ਜਾਏ ਸਾਧੂ ਬਣਨਾ ਜਾਂ ਗੁਰਸਿੱਖ ਬਣਨਾ। ਇਹ ਤਾਂ ਗੁਰੂ ਕੀ ਬਖਸ਼ਿਸ਼ ਨਾਲ ਮਿਲਣ ਵਾਲੀ ਚੀਜ਼ ਹੈ। ਨਾਨਕ ਹੋਤ ਸਵਾਇਆ, ਉਹ ਤਾਂ ਦਿਨੋ ਰਾਤ ਸਵਾਇਆ ਹੁੰਦਾ, ਦਿਨ ਦਿਨ ਚੜ੍ਹੇ ਸਵਾਇਆ। ਨਾਨਕ ਹੋਤ ਨਾ ਘਾਟ, ਉਹਦੇ 'ਚ ਘਾਟ ਥੋੜ੍ਹੀ, ਕਮੀ ਥੋੜ੍ਹੀ ਹੁੰਦੀ ਹੈ। ਪਰ ਇਹ ਜਿਹੜਾ ਮਹਾਰਾਜ ਦੀ ਬਾਣੀ ਇੱਕ ਰਸ ਹੈ, ਇਸ ਕਰਕੇ ਪੰਜਵੇਂ ਸਤਿਗੁਰੂ ਜੀ ਦੇ ਮੁਖਾਰ ਬਿੰਦ ਦੇ ਵਚਨ ਸਰਵਣ ਕਰਨ ਦਾ ਪਵਿੱਤਰ ਸਮਾਂ ਮਿਲ ਰਿਹਾ ਹੈ। ਪ੍ਰਭ ਪ੍ਰੀਤਮ ਮੇਰਾ ਸੰਗ ਰਾਏ। ਰਾਏ ਜਿਹੜਾ ਰਾਜਾ ਰੂਪ, ਪ੍ਰਕਾਸ਼ ਰੂਪ, ਪ੍ਰਭੂ ਪ੍ਰੀਤਮ ਪਿਆਰਾ, ਉਹ ਮੇਰੇ ਸੰਗ ਆ, ਅੰਗ ਸੰਗ ਆ। ਪਰ ਹੁਣ ਪਹਿਲੀ ਗੱਲ ਤਾਂ ਇੱਥੇ ਮਨ ਟਿਕਣਾ ਬੜਾ ਔਖਾ, ਮੇਰੇ ਅੰਗ ਸੰਗ ਹੈਗਾ ਕਿ ਨਹੀਂ। ਜਿਹੜਾ ਤਾਂ ਅੰਗ ਸੰਗ ਜਾਣਦਾ ਨਾ, ਉਹ ਨਹੀਂ ਫਿਰ ਡੋਲਦਾ। ਕਹਿਣ ਨੂੰ ਤਾਂ ਹਰੇਕ ਕਦੋਂ ਗੁਰੂ ਸਾਡੇ ਅੰਗ ਸੰਗ ਹੈ, ਜਦੋਂ ਕਿਤੇ ਸੰਕਟ ਆ ਜਾਏ ਫਿਰ ਪਤਾ ਲੱਗਦਾ ਵੀ ਅੰਗ ਸੰਗ ਹੈਗਾ ਕਿ ਨਹੀਂ।
ਜਿਨ੍ਹਾਂ ਦੇ ਅੰਗ ਸੰਗ ਸੀ ਉਹਨੇ ਅੰਗ ਅੰਗ ਕਟਾ ਲਿਆ, ਫਿਰ ਵੀ ਗੁਰੂ ਦਾ ਜਿਹੜਾ ਸੰਗ ਸੀ ਉਹ ਨਹੀਂ ਟੁੱਟਿਆ। ਟੁੱਟਿਆ ਸੰਗ, ਅੰਗ ਅੰਗ ਤਾਂ ਵੱਢ ਹੋ ਰਹੇ ਗੜਾਸੇ ਨਾਲ, ਭਾਈ ਸਾਹਿਬ ਭਾਈ ਮਨੀ ਸਿੰਘ ਦੇ ਦੱਸਿਆ ਕਿ ਅੰਗ ਸੰਗ ਹੈਗਾ ਕਿ ਨਹੀਂ। ਜੰਬੂਰਾ ਨਾ ਬੰਦੇ ਬਹਾਦਰ ਦਾ ਮਾਸ ਨੋਚ ਹੋ ਰਿਹਾ, ਤੱਤੇ ਸਰੀਏ ਨਗਾਏ ਜਾ ਰਹੇ ਹੈ, ਜਾਣਿਆ ਅੰਗ ਸੰਗ ਡੋਲਿਆ। ਇਹ ਹੈ ਗੁਰਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਜਲ ਨੇ ਡੁੱਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ, ਨਿਰਧਨ ਕੋ ਧਨ ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਥ ਪਾਇਓ ਹਰ ਨਾਮ, ਕਰੀ ਕਿਰਪਾ ਕਿਰਪਾ। ਇਹ ਹੈ ਉਹਨਾਂ ਗੁਰਮੁਖਾਂ ਦੀ ਅਵਸਥਾ। ਹਾਂਜੀ, ਓਏ ਰਾਜਾ ਰੂਪੀ ਪ੍ਰੀਤਮ ਪਿਆਰਾ, ਸਾਡੇ ਸਦਾ ਹੀ ਅੰਗ ਸੰਗ ਹੈ, ਭਾਈ ਜਿਹਦਾ ਅਸੀਂ ਅੰਤਰ ਆਤਮੇ ਦਰਸ਼ਨ ਕਰਕੇ ਜਿੰਦੇ ਹਾਂ, ਅੱਜ ਸਾਡਾ ਉਹ ਪ੍ਰਾਣ ਬਣ ਗਿਆ, ਪ੍ਰਾਣਾਂ ਨੂੰ ਪਿਆਰਾ ਹੋ ਗਿਆ। ਸਾਡੇ ਪ੍ਰਾਣ ਉਹਦੀ ਸੱਤਾ ਨਾਲ ਚੱਲਦੇ ਆ, ਪ੍ਰਾਣਾਂ ਦੇ ਨਾਲ ਉਹਦਾ ਸਿਮਰਨ ਜੁੜ ਗਿਆ। ਜਿਵੇਂ ਪ੍ਰਾਣ ਚੱਲਦੇ ਇਵੇਂ ਸਿਮਰਨ ਚੱਲਦਾ, ਇਸ ਕਰਕੇ ਉਹ ਗੁਰਮੁਖਾਂ ਦੀ ਅਵਸਥਾ ਐਸੀ ਬਣ ਜਾਂਦੀ ਹੈ। ਜਾ ਕੈ ਸਿਮਰਨ ਦੁੱਖ ਨਾ ਹੋਏ। ਹਾਂ, ਸਿਮਰਨ ਕਹਿੰਦੇ ਤਾਂ ਸਾਰੇ ਅਸੀਂ ਸਿਮਰਨ ਕਰਦੇ ਹਾਂ, ਬੜਾ ਉੱਚੀ ਉੱਚੀ ਵੀ ਬੋਲਦੇ ਆ, ਅਤੇ ਮਨ ਵਿੱਚ ਸਿਮਰਨ ਹੋਰ ਹੁੰਦਾ। ਰਸਨਾ ਨਾਲ ਤਾਂ ਕੋਈ ਸ਼ਬਦ ਬੋਲੀ ਜਾਂਦੇ ਹਾਂ, ਅੰਦਰ ਬਹੁਤ ਤਰ੍ਹਾਂ ਦੀਆਂ ਕਲਪਨਾ। ਪਰ ਉਹ ਜਿਹੜੇ ਗੁਰਮੁਖ ਆ ਨਾ, ਉਹਨਾਂ ਦੇ ਅੰਦਰ ਵੀ ਪਰਮਾਤਮਾ ਦੀ ਸਿਮਰਤੀ ਰਹਿੰਦੀ ਹੈ, ਦੁੱਖ ਨਾ ਹੋਏ। ਉਹਨਾਂ ਨੂੰ ਫਿਰ ਦੁੱਖ ਵੀ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਮਨ ਦੀ ਜਿਹੜੀ ਅਵਸਥਾ ਉਹ ਸਰੀਰਕ ਪ੍ਰਾਣਾ ਮਨ ਬੁੱਧੀ ਦੇ ਤਲ ਤੋਂ ਉੱਪਰ ਉੱਠ ਜਾਂਦੀ ਹੈ, ਉਹਨਾਂ ਦੀ ਸਿੱਧੀ ਅਟੈਚਮੈਂਟ ਆਤਮਾ ਨਾਲ ਹੋ ਜਾਂਦੀ ਹੈ। ਕਰ ਦਇਆ ਮਿਲਾਵਹੁ ਤਿਸਹਿ ਮੋਹੇ। ਐਸੇ ਜਿਹੜੇ ਤਤ ਦਰਸ਼ੀ ਮਹਾਂਪੁਰਖ ਕਿਰਪਾ ਕਰਕੇ ਸਾਨੂੰ ਉਹਨਾਂ ਦੀ ਸੰਗਤ ਦੇ ਵਿੱਚ ਮਿਲਾ ਦੇਣਾ ਕਰੋ। ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ। ਇਹ ਮਨਾ ਉਹ ਜਿਹੜਾ ਐਸਾ ਪਿਆਰਾ ਪ੍ਰੀਤਮ, ਮਨ ਵਿੱਚ ਉਹਦਾ ਆਧਾਰ ਆਸਰਾ ਬਣਾ ਲਾ। ਉਹਦਾ ਅਸੀਂ ਤਾਂ ਕਈ ਆਸਰੇ ਬਣਾਏ ਨਾ, ਬੱਚੇ ਮਾਂ ਪੇ ਦੇ, ਇਸਤਰੀ ਪਤੀ ਦਾ, ਪੁੱਤਰ ਦਾ, ਪਰਿਵਾਰ ਦਾ, ਰਿਸ਼ਤੇਦਾਰਾਂ ਦਾ, ਮਿੱਤਰਾਂ ਦਾ, ਹੋਰ ਵੀ ਬਹੁਤ ਤਰ੍ਹਾਂ ਦੇ ਆਸਰੇ ਇਨਸਾਨ ਨੇ ਬਣਾਏ ਹੋਏ ਹੈ। ਪਰ ਇਹ ਆਸਰੇ ਸਾਰੇ ਕੁਝ ਸਮੇਂ ਤੋਂ ਬਾਅਦ ਟੁੱਟ ਜਾਂਦੇ, ਖਤਮ ਹੋ ਜਾਂਦੇ ਹਨ, ਰਿਸ਼ਤੇ ਵੀ ਤਿੜਕ ਜਾਂਦੇ ਆ। ਜਿੱਥੇ ਜ਼ਿਆਦਾ ਪ੍ਰੇਮ ਉੱਥੇ ਕਈ ਵੀ ਬੈਰ ਵੀ ਬੜਾ ਤਕੜਾ ਪੈ ਜਾਂਦਾ ਹੈ।
ਮਰਨ ਮਰਾਉਣ ਤੱਕ ਦੁਨੀਆ ਪਹੁੰਚ ਜਾਂਦੀ ਹੈ। ਪਰ ਇਹ ਜਿਹੜਾ ਗੁਰੂ ਦਾ ਪਿਆਰ ਹੈ ਸੱਚਾ ਸਥਾਈ ਰਹਿਣ ਵਾਲਾ ਹੈ। ਜੀਉ ਪ੍ਰਾਨ ਸਭ ਤੇਰੋ ਧਨ। ਹਾਂ, ਇਹ ਜਿੰਨਾ ਜੀਵ ਕਲਾ, ਪ੍ਰਾਣ ਕਲਾ ਅਤੇ ਧਨ ਦੀ ਕਲਾ, ਇਹ ਸਾਰੀ ਆਪ ਜੀ ਦੀ ਹੀ ਬਖਸ਼ਿਸ਼ ਹੈ। ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਉਵੇਂ ਤਾਂ ਹੁਣ ਆਪਾਂ ਕਹਿ ਦਿੰਦੇ ਹਾਂ ਨਾ, ਸਾਰਾ ਕੁਛ ਤੁਹਾਡਾ ਹੀ ਹੈ। ਧੰਨ ਧੰਨ ਬਾਬਾ ਖੁਦਾਸ ਸਿੰਘ ਜੀ ਮਹਾਰਾਜ ਲਾਹੌਰ ਵਿੱਚ, ਜਦੋਂ ਖਾਲਸਾ ਰਾਜ ਚਲੇ ਗਿਆ, ਉਹਨਾਂ ਦੇ ਛੋਟੇ ਗੁਰੂ ਭਾਈ ਬਾਬਾ ਮਹਾਰਾਜ ਸਿੰਘ ਅਤੇ ਸਿੰਘਾਪੁਰ ਦੀਆਂ ਕਾਲ ਕੋਠੀਆਂ 'ਚ ਬੰਦ ਕਰਦੇ ਕੇ ਖਾਲਸਾ ਰਾਜ ਦਾ ਸੁਪਨਾ ਲੈ ਰਹੇ। ਹੁਣ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ, ਫੁੱਟ ਨਾਲ ਸਾਰਾ ਕੁਝ ਚਲੇ ਗਿਆ। ਉਹਨੇ ਸੰਘਰਸ਼ ਕੀਤਾ ਅਤੇ ਇੱਥੇ ਗਦਾਰ ਵੀ ਬਹੁਤ ਹੈ। ਉਹਨੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਮਾਇਆ ਦੇ ਲਾਲਚ ਵਿੱਚ, ਅਤੇ ਬਾਬਾ ਖੁਦਾਲ ਸਿੰਘ ਜੀ ਲਾਹੌਰ ਵਿੱਚ ਹੀ, ਬਾਹਰ ਨਹੀਂ ਸੀ ਜਾ ਸਕਦੇ। ਉਸੇ ਏਰੀਏ 'ਚ ਉਹਨਾਂ ਨੂੰ ਇਉਂ ਨਜ਼ਰਬੰਦ ਕੀਤਾ ਸੀ। ਪਰ ਮਹਾਂਪੁਰਖਾਂ ਦੀ ਆਤਮਾ ਤਾਂ ਆਜ਼ਾਦ ਹੀ ਹੁੰਦੀ ਹੈ। ਸੋ ਉੱਥੇ ਮਾਤਾ ਆਈ। ਇਹ ਮਾਤਾ, ਇਹ ਕੰਨਿਆ ਕਿਹਦੀ ਹੈ? ਅਸੀਂ ਮਹਾਰਾਜ ਆਪ ਜੀ ਦੀ ਆ। ਅਤੇ ਮਹਾਂਪੁਰਸ਼ਾਂ ਨੇ ਪਰਖ ਵਾਸਤੇ ਕਹਿੰਦੇ ਲਿਆਓ, ਉਹ ਗਰਮ ਗਰਮ ਚੁੱਲ੍ਹੇ ਦੀ ਸੁਆਹ ਪਾਓ ਇਹਦੇ ਸਿਰ ਵਿੱਚ। ਉਹ ਮਾਈ ਨੇ ਜਿਉਂ ਉਹਨੂੰ ਜੱਫੀ ਲੈ ਕੇ ਚਿੰਬੜ ਗਈ। ਹਾਏ ਬਾਬਾ ਜੀ, ਇਹ ਕੀ, ਮੇਰੀ ਕੁੜੀ ਨੂੰ ਤੁਸੀਂ ਸਾੜਨ ਲੱਗੇ ਹਾਂ। ਬਾਬਾ ਜੀ ਕਹਿੰਦੇ ਨਾ, ਇਹ ਕਹਿੰਦੇ ਸੀ ਕੁੜੀ ਤੁਹਾਡੀ ਹੈ। ਅਤੇ ਫਿਰ ਸਾਡੇ 'ਤੇ ਯਕੀਨ ਨਹੀਂ ਵੀ ਸਾੜਾਂਗੇ ਕਿ ਰੱਖਾਂਗੇ। ਕਹਿ ਦੇਣਾ, ਇਹ ਧਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ। ਜਦੋਂ ਪ੍ਰੀਖਿਆ ਦਾ ਸਮਾਂ ਆਉਂਦਾ ਹੈ ਨਾ, ਫਿਰ ਇਹ ਗੱਲਾਂ ਸਾਰੀਆਂ ਓਪਰੀਆਂ ਬਣ ਜਾਂਦੀਆਂ ਹਨ। ਪਰ ਜਿਨ੍ਹਾਂ ਨੇ ਇਹ ਸਮਝ ਲਿਆ, ਉਹ ਫਿਰ ਭਾਈ ਸਾਹਿਬ ਭਾਈ ਮਨੀ ਸਿੰਘ ਵਾਂਗੂ ਆਪਣਾ ਸਾਰਾ ਸਰਬੰਸ ਹੀ ਕੁਰਬਾਨ ਕਰ ਗਏ। ਆ ਉਹਨਾਂ ਦੇ ਰਿਸ਼ਤੇਦਾਰਾਂ ਪਰਿਵਾਰ ਦੀਆਂ 173 ਸ਼ਹੀਦੀਆਂ ਹੈਗੀਆਂ। ਸਾਰਾ ਕੁਟੁੰਬ, ਜਿਵੇਂ ਬਾਣੀ 'ਚ ਕਹਿਣਾ ਕਿ ਦੀਨ ਦਿਆਲ ਭਰੋਸੇ ਤੇਰਾ, ਸਭ ਪਰਿਵਾਰ ਚੜਾਇਆ ਬੇੜੇ ਗੁਰੂ ਦੇ ਬੇੜੇ 'ਚ। ਆਪਾਂ ਤਾਂ ਜੀਂਦੇ ਵੀ ਨਹੀਂ ਗੁਰੂ ਕੋਲ ਜਾ ਸਕਦੇ। ਇਸ ਢੰਗ ਨਾਲ ਜਿਵੇਂ ਉਹ ਤੁਰੇ ਤੁਰਨਾ, ਇਹ ਜਿਨ੍ਹਾਂ 'ਤੇ ਉਹ ਮਾਲਕ ਦੀ ਕਿਰਪਾ, ਉਹ ਹੀ ਤੁਰ ਸਕਦੇ ਆ। ਇਹ ਉਹਨਾਂ ਦੀਆਂ ਹੀ ਲੀਲਾ ਹੈਗੀਆਂ। ਬੰਦੇ ਬਹਾਦਰ ਦੇ ਨਾਲ ਜਿੰਨੇ ਸੀ, ਇੱਕ ਬੰਦਾ ਵੀ ਜਰਕਿਆ ਨਹੀਂ। ਡਾਕਟਰ ਸੁਖਦਿਆਲ ਸਿੰਘ ਪਟਿਆਲੇ ਵਾਲਿਆਂ ਨੇ ਲਿਖਿਆ ਜੀਵਨ, ਕਹਿੰਦੇ ਇਹਨਾਂ ਨੂੰ ਕੀ ਕਹੀਏ, ਇਹ ਗੁਰੂ ਸਾਹਿਬ ਹੀ ਜਾਣਦੇ ਕੌਣ ਹਨ ਜਿਨ੍ਹਾਂ ਵਿੱਚ ਇੰਨੇ ਸੰਕਟਾਂ ਵਿੱਚ ਇੰਨੀ ਸਹਿਣ ਸ਼ਕਤੀ, ਔਰ ਧਰਮ ਵਿੱਚ ਰਹਿ ਕੇ ਆਪਣਾ ਆਪ ਨਿਸ਼ਾਵਰ ਕਰ ਜਾਣਾ।
ਇਹ ਬੰਦਿਆਂ ਦਾ ਕੰਮ ਨਹੀਂ, ਇਹਨਾਂ ਨੂੰ ਬੰਦੇ ਕਹੀਏ ਫਰਿਸ਼ਤੇ ਕਹੀਏ ਕੀ ਹੈ? ਕਹਿੰਦੇ ਮਹਾਰਾਜ ਦਸਮ ਪਾਤਸ਼ਾਹ ਜਾਣਦੇ ਕੌਣ ਆ ਇਹ। ਕੋਈ ਡਿਕਸ਼ਨਰੀ, ਕੋਈ ਸ਼ਬਦ ਕੋਸ਼ ਉਹਨਾਂ ਦੀ ਮਹਾਨਤਾ ਵਿੱਚ ਸੰਪੂਰਨ ਵਿਆਖਿਆ ਨਹੀਂ ਕਰ ਸਕਦਾ ਕਿ ਗੁਰੂ ਮਹਾਰਾਜ ਜਾਣਦੇ ਜਿਨ੍ਹਾਂ ਨੇ ਐਸੇ ਸਿੰਘਾਂ ਨੂੰ ਪੈਦਾ ਕੀਤਾ ਸੀ ਜਾਂ ਕਰਦੇ ਹਨ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਉਹ ਕੈਸਾ ਹੈ ਜਿਹਨੂੰ ਸੁਰ ਨਰ ਅਤੇ ਦੇਵਤੇ ਅਤੇ ਦੇਵਤਿਆਂ ਦਾ ਰਾਜਾ ਇੰਦਰ ਹੋਰ ਜਿੰਨੇ ਵੱਡੇ ਵੱਡੇ ਹੈ ਸਾਰੇ ਉਹਨੂੰ ਖੋਜ ਰਹੇ ਹਨ। ਮਨ ਜਨ ਸੇਖ ਨਾ ਲਹਿ ਭੇਵ। ਜਿਹੜੇ ਨੌ ਮੁਨੀ ਹੈ ਮੁਸਲਮਾਨਾਂ ਦੇ ਬੜੇ ਬੜੇ ਸ਼ੇਖ ਕਹਾਉਣ ਵਾਲੇ ਹੈ, ਜਿਵੇਂ ਇੱਧਰ ਹਿੰਦੂ ਮਤ 'ਚ ਨਾ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ, ਅਤੇ ਮੁਸਲਮਾਨਾਂ 'ਚ ਵੀ ਚਾਰ ਹੀ ਵਰਣ ਹੈ, ਸ਼ੇਖ ਹੈ, ਸੱਯਦ ਹੈ, ਮੁਗਲ ਹੈ, ਪਠਾਨ ਹੈ, ਚਾਰ ਹੈ ਇਹਨਾਂ 'ਚ। ਸ਼ੇਖ ਜਿਹੜੇ ਆਪਣੇ ਆਪ ਨੂੰ ਪਹਿਲੇ ਦਰਜੇ ਦੇ ਕਹਾਉਂਦੇ ਆ, ਉਹ ਬੜੇ ਬੜੇ ਜਿਹੜੇ ਵਿਸ਼ਿਸ਼ਟ ਮੁਨੀ ਆਦਿਕ ਮੁਸਲਮਾਨਾਂ ਦੇ ਬੜੇ ਬੜੇ ਜਿਹੜੇ ਸ਼ੇਖ ਸੱਯਦ ਸੀ, ਉਹ ਵੀ ਉਹਦਾ ਭੇਤ ਨਹੀਂ ਜਾਣ ਸਕੇ ਹਨ। ਖੋਜ ਬਹੁਤ ਕਰਦੇ ਹੈ, ਖੋਜ ਥੱਕੇ ਸਭ ਹੀ ਖੁਜੀਆ, ਪਰ ਹਰ ਹੱਥ ਨਾ ਆਇਓ। ਦਸਮ ਪਾਤਸ਼ਾਹ ਵੀ ਕਹਿੰਦੇ ਨੇ ਬੜੇ ਬੜੇ ਖੋਜੀ ਖੋਜ ਖੋਜ ਥੱਕ ਗਏ, ਪਰ ਉਸ ਸਾਗਰ ਦਾ ਥਾਹ ਨਹੀਂ ਆਇਆ। ਕਿੰਨਾ ਕੁ ਡੂੰਘਾ ਇਹਨਾਂ ਸਮੁੰਦਰਾਂ ਦੀ ਡੰਘਾਈ ਤਾਂ ਸਾਇੰਸਦਾਨ ਦੱਸ ਦਿੰਦੇ ਆ। ਇਹ ਜਿਹੜਾ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਧ ਚੁਗੈ ਨਹੀਂ ਦੂਰੇ, ਇਹਦੀ ਲੰਬਾਈ ਚੌੜਾਈ ਇਹਦੀ ਡੰਘਾਈ ਕੋਈ ਦੱਸ ਸਕਦਾ? ਇਹ ਨਹੀਂ ਦੱਸੀ ਜਾਂਦੀ ਹੈ। ਜਾ ਕੀ ਗੰਦ ਮਿਤ ਕਹੀ ਨਾ ਜਾਏ। ਉਹ ਕੈਸਾ ਹੈ, ਉਹਦੀ ਗਤ ਉਹਦੀ ਮਿਤ ਮਰਯਾਦਾ ਕਿਹੜੇ ਹਾਲਾਤਾਂ ਵਿੱਚ ਕਿਹੜੇ ਧਰਮ ਮਰਯਾਦਾ ਵਿੱਚ ਉਹ ਵਿਚਰਦਾ ਇਹ ਨਹੀਂ ਕਹੀ ਜਾਂਦੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਉੱਤੇ ਪਤਾ ਨਹੀਂ ਕਿੰਨੀਆਂ ਕੁ ਪੁਸਤਕਾਂ ਲਿਖੀਆਂ ਜਾ ਚੁੱਕੀਆਂ। ਹਰੇਕ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਖੀਰ ਉਹਨਾਂ ਨੂੰ ਵੀ ਇਸ ਗੱਲ 'ਤੇ ਆਉਣਾ ਪਿਆ ਕਿ ਮਹਾਰਾਜ ਦੀ ਮਹਾਨਤਾ ਮਹਾਰਾਜ ਆਪੇ ਜਾਣਦੇ ਆ। ਇਸ ਵਾਸਤੇ ਉਹਨਾਂ ਦੀ ਗੱਤ ਮਿਤ ਨੂੰ ਵਰਣਨ ਕਰਨਾ ਇਹ ਮਨੁੱਖੀ ਜਾਂ ਦੇਵਤੇ ਜਾਂ ਜਿੰਨੇ ਵੀ ਵਿਗਿਆਨੀ ਉਹਨਾਂ ਦੀ ਪਹੁੰਚ ਤੋਂ ਬਾਹਰ ਹੈ। ਘਟ 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 ਰਹਿਆ ਸਮਾਏ। ਉਹ ਤਾਂ ਐਸਾ ਹੈ ਘਟਾਂ ਘਟਾਂ 'ਚ ਹਰ ਥਾਂ ਹਰ ਜਗ੍ਹਾ
ਹਰ ਸਮੇਂ ਹਰ ਕਾਲ ਭੂਤ ਵਿਖਤ ਵਰਤਮਾਨ, ਐਸਾ ਨਹੀਂ ਕਿ ਕੋਈ ਭੂਤਕਾਲ ਪਿੱਛੇ ਹੋਇਆ ਸੀ ਹੁਣ ਹੈ, ਗਾਂਹ ਹੋਵੇਗਾ ਜਾਂ ਨਹੀਂ ਹੋਵੇਗਾ। ਉਹ ਤਾਂ ਤਿੰਨ ਕਾਲ ਸੱਤ, ਔਰ ਇਸ ਕਰਕੇ ਘਟਾਂ ਘਟਾਂ ਸਾਰਿਆਂ ਹਿਰਦਿਆਂ ਦੇ ਵਿੱਚ ਸਮਾਇਆ ਹੋਇਆ, ਜਿਵੇਂ ਆਕਾਸ਼ ਸਾਰੇ ਵਿਆਪਕ ਨਜ਼ਰ ਆ ਰਿਹਾ ਹੈ, ਦਰਿਆ ਹੈ, ਘੜਾ ਹੈ, ਪਾਣੀ, ਮੱਠ, ਜਿੱਥੇ ਵੀ ਖਾਲੀ ਜਗ੍ਹਾ ਆਕਾਸ਼ ਹੈ। ਆਕਾਸ਼ ਦਾ ਪ੍ਰਤੀਬਿੰਬ ਘੜਿਆਂ ਵਿੱਚ ਪੈ ਰਿਹਾ ਹੈ। ਘੜਾ ਤੋੜ ਦਿੱਤਾ ਗਿਆ, ਪਾਣੀ ਡੁੱਲ ਗਿਆ, ਕੀ ਆਕਾਸ਼ ਮਰ ਗਿਆ? ਆਕਾਸ਼ ਜਿਉਂਗਾ ਤਿਉਂ, ਉਹਦਾ ਪ੍ਰਤੀਬਿੰਬ ਜਿਹੜਾ ਸੀ ਉਹ ਪਾਣੀ ਦੀ ਘੜੇ ਦੀ ਉਪਾਧੀ ਕਰਕੇ ਸੀ। ਉਪਾਧੀ ਖਤਮ ਹੋ ਗਈ, ਆਕਾਸ਼ ਪਹਿਲੇ ਦੀ ਤਰ੍ਹਾਂ ਹੀ ਵਿਆਪਕ ਹੈ। ਇਨਸਾਨ ਜੰਮਿਆ ਰਿਹਾ ਜਾਂ ਦੂਜੀਆਂ ਤੀਜੀਆਂ ਜਿੰਨੀਆਂ ਵੀ ਜੂਨਾਂ, ਜਿੰਨਾ ਚਿਰ ਉਹਦਾ ਪ੍ਰਤੀਬਿੰਬ, ਉਨਾ ਚਿਰ ਆ ਖੇਲ ਜਿਹੜੀ ਨਜ਼ਰ ਆਉਂਦੀ ਹੈ। ਉਪਾਧੀ ਖਤਮ ਹੋ ਜਾਂਦੀ ਹੈ, ਉਹ ਆਤਮ ਚੇਤਨ ਸੱਤਾ ਜਿਉਂ ਕੀ ਤਿਉਂ ਸਾਡੇ ਜਨਮ ਤੋਂ ਪਹਿਲਾਂ ਵੀ ਸੀ, ਹੁਣ ਜਦੋਂ ਅਸੀਂ ਨਹੀਂ ਰਹਾਂਗੇ ਉਦੋਂ ਵੀ ਇੱਕ ਰਸ ਰਹੇਗੀ, ਉਹ ਕਦੇ ਖਤਮ ਹੋਣ ਵਾਲੀ ਨਹੀਂ। ਨਾ ਉਹਦੇ ਉੱਤੇ ਕਿਸੇ ਚੀਜ਼ ਦਾ ਕੋਈ ਅਸਰ ਹੈ। ਨੈਨਨ ਛਦੰਤੀ ਸ਼ਾਸਤਰਾਣੀ, ਨੈਨਨ ਦਹਿਤੀ ਪਾਵਕਾ, ਨਚ ਕਲੇਦੰਤੀ ਚਾਪੂ ਨਾ ਸ਼ੋਸ਼ੀਤਾ ਮਾਰੂਤਾ। ਕੋਈ ਹਥਿਆਰ ਉਹਨੂੰ ਕੱਟ ਵੱਢ ਨਹੀਂ ਸਕਦਾ, ਕੋਈ ਹਵਾ ਸੁਕਾ ਉਡਾ ਨਹੀਂ ਸਕਦੀ, ਪਾਣੀ ਕੋਈ ਗਾਲ ਨਹੀਂ ਸਕਦਾ। ਔਰ ਇਸੇ ਤਰ੍ਹਾਂ ਕਿਸੇ ਸ਼ਾਸਤਰ ਦੁਆਰਾ ਉਹ ਕੱਟੀ ਵੱਢੀ ਨਹੀਂ ਜਾਂਦੀ। ਇੱਕ ਰਸ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਧੰਨ ਧੰਨ ਬਾਬਾ ਖੁਦਾਸ ਸਿੰਘ ਜੀ ਮਹਾਰਾਜ ਦੇ ਪਾਸ ਆਏ, ਕਹਿਣ ਲੱਗੇ ਸੰਤ ਜੀ ਤੁਸੀਂ ਪੂਰੇ ਨਹੀਂ ਅਧੂਰੇ ਹੋ। ਉਹ ਕਹਿਣ ਲੱਗੇ ਮਹਾਂਪੁਰਖੋ ਤੁਹਾਨੂੰ ਭਾਗ ਤੁਸੀਂ ਦਰਸ਼ਨ ਦਿੱਤੇ ਆ, ਬ੍ਰਹਮਾ ਜੀ ਦੇ ਮਾਨਸ ਪੁੱਤਰ ਹੋ, ਪਰ ਇਹ ਦੱਸੋ ਕਿਹੜੀ ਕਸਵੱਟੀ ਲਾ ਕੇ ਤੁਸੀਂ ਦੇਖਿਆ ਕਿ ਇਹ ਅਧੂਰੇ ਪੂਰੇ ਨਹੀਂ? ਜੇ ਤੁਸੀਂ ਆਪਣੀ ਕਸਵੱਟੀ ਨਾਲ ਦੇਖਣਾ ਚਾਹੁੰਦੇ ਫਿਰ ਦੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਪੂਰੇ ਆ ਕਿ ਅਧੂਰੇ ਆ। ਉਹਨਾਂ ਨੇ ਫਿਰ ਕਿਹਾ ਕਿ ਤਲਵਾਰ ਚਲਾਈ ਜਾਏ, ਜਿਵੇਂ ਹਵਾ ਵਿੱਚ ਤਲਵਾਰ ਘੁੰਮਦੀ ਇਵੇਂ ਘੁੰਮੇ, ਸਰੀਰ ਵਿੱਚ ਇਵੇਂ ਵੱਜੇ ਨਾ, ਸਰੀਰ ਕੱਟ ਨਾ ਹੋਵੇ, ਫਿਰ ਉਹ ਪੂਰਾ ਉਹ ਸ਼ਬਦ ਰੂਪ ਹੋ ਜਾਂਦਾ, ਆਤਮਾ ਰੂਪ। ਕਹਿੰਦੇ ਫਿਰ ਦੇਖ ਲਈਏ। ਉਹਨਾਂ ਨੇ ਫਿਰ ਤਲਵਾਰ ਚਲਾਈ, ਸਰੀਰ ਦੇ ਸਰਿਆ ਸਰੀਰ ਵਿੱਚ ਹੀ ਲੰਘ ਰਹੀ, ਸਰੀਰ ਕੱਟ ਵੱਢ ਨਹੀਂ ਹੋ ਰਿਹਾ। ਫਿਰ ਨਮਸਕਾਰ ਕੀਤੀ, ਕਹਿੰਦੇ ਅਸੀਂ ਤੁਹਾਡੀ ਸੁਣਦੇ ਹੁੰਦੇ ਸੀ ਕਿ ਨਾ ਤੁਹਾਡਾ ਜਸਵੰਤ ਸਿੰਘ, ਤੁਸੀਂ ਖੁਦ ਖੁਦਾ ਕਹਾਇਆ, ਦੇਖਣ ਵਾਸਤੇ ਆਏ ਸੀ ਦਰਸ਼ਨ ਕਰਨ ਲਈ ਕਿ ਹਾਂ ਤੁਸੀਂ ਪੂਰੇ ਹੋ। ਕਹਿੰਦੇ ਅਸੀਂ ਤੁਹਾਨੂੰ ਘੁੱਟਾਂ ਵੇਰੀ ਨਮਸਕਾਰ ਕਰਦੇ ਹਾਂ ਕਿ ਤੁਸੀਂ ਪ੍ਰੀਖਿਆ 'ਚ ਪੂਰੇ ਉਤਰੇ। ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ। ਇਸ ਵਾਸਤੇ ਸਟੇਜੀ ਗੱਲਾਂ ਹੋ ਰਿਹਾ ਕਿਸੇ ਨੂੰ ਪੂਰਾ ਬਣਾਉਣਾ ਜਾਂ ਅਧੂਰਾ ਬਣਾਉਣਾ, ਪਰ ਕਸੋਟੀ ਜਿਹੜੀ ਹੈ ਉਹ ਦੱਸਦੀ ਹੈ ਕਬੀਰ ਕਸੋਟੀ ਰਾਮ ਕੀ ਝੂਠਾ ਟਿਕਨ ਹੋਏ, ਰਾਮ ਕਸੋਟੀ ਸੋ ਸਹਿ ਜੋ ਮਰ ਜੀਵਾ ਹੋਏ। ਹਾਂਜੀ, ਘਟ 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 ਰਹਿਆ ਸਮਾਏ, ਉਹ ਐਸਾ ਚੇਤਨ ਹੈ ਘਟਾਂ ਘਟਾਂ ਵਿੱਚ ਹਰ ਜਗ੍ਹਾ ਹੀ ਸਮਾਇਆ ਹੋਇਆ, ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਹੈ ਨਹੀਂ। ਅੱਜ ਕਈ ਵਾਰੀ ਪ੍ਰਸ਼ਨ ਹੁੰਦਾ ਨਾਸਤੇ ਲੋਕ ਰੱਬ ਹੈ ਨਹੀਂ, ਜੇ ਹੈਗਾ ਦਿਖਾਓ, ਇਹ ਮੂਰਖਾਂ ਦਾ ਪ੍ਰਸ਼ਨ ਆ। ਉਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਦੱਸੋ ਵੀ ਉਹ ਕਿਹੜੀ ਜਗ੍ਹਾ ਜਿੱਥੇ ਰੱਬ ਨਹੀਂ, ਉਹਨਾਂ ਨੂੰ ਪੁੱਛੋ ਵੀ ਆਕਾਸ਼ ਕਿਹੜੀ ਜਗ੍ਹਾ ਜਿੱਥੇ ਹੈ ਨਹੀਂ। ਹਿੰਦੁਸਤਾਨ ਵਿੱਚ ਆਕਾਸ਼ ਕੈਦ ਕੀਤਾ ਹੋਇਆ ਜਾਂ ਇੰਗਲੈਂਡ, ਕਨੇਡਾ, ਅਮੈਰੀਕਾ 'ਚ ਕੈਦ ਕੀਤਾ ਹੋਇਆ? ਆਕਾਸ਼ ਵਿਆਪਕ ਹੈ, ਆਕਾਸ਼ ਦੇ ਉੱਪਰ ਦੇਸ਼ ਕਾਲ ਵਸਤੂ ਪਰਿਸ਼ੇਦ ਦਾ ਪ੍ਰਭਾਵ ਨਹੀਂ ਪੈ ਰਿਹਾ। ਅਤੇ ਜਿਹੜਾ ਇਹਨਾਂ ਆਕਾਸ਼ਾਂ ਨੂੰ ਪੈਦਾ ਕਰਨ ਵਾਲਾ ਉਹ ਕਿੰਨਾ ਕੁ ਵਿਆਪਕ ਹੋਏਗਾ? ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੇ ਨਿਤਸਾਰ ਸੰਭਾਲੇ ਇੱਕ ਮੂਰਖ ਜਾਤ। ਇਹ ਮੂਰਖ ਫਫਾਵੇ ਬਹੁਤ ਦੁਰਮਤੀਆ ਖੋਟੀ ਮਤ ਕਰਕੇ ਨਾ ਬੜੀ ਫੂੰ ਫੂੰ ਕਰਦਾ ਹੈ, ਪੱਲੇ ਇਹਦੇ ਕੁਛ ਵੀ ਨਹੀਂ ਹੈ। ਹਾਂਜੀ, ਉਹਦੀ ਜਿਹੜੀ ਭਗਤੀ ਹੈ ਉਹ ਬੜੀ ਆਨੰਦਮਈ ਹੈ। ਹੁਣ ਭੂਤਾਂ ਦੀ ਭਗਤੀ ਕਰੋਗੇ ਆਨੰਦਮਈ ਹੋਏਗੀ? ਉਹ ਜਿਵੇਂ ਕੋਈ ਲਾਲਾ ਜੀ ਸੀਗੇ ਬਾਣੀਆਂ, ਉਸ ਨੇ ਭੂਤ ਸਿੱਧ ਕਰ ਲਿਆ, ਭੂਤ ਸਿੱਧ ਹੋ ਗਿਆ, ਭੂਤ ਕਹਿਣ ਲੱਗਾ ਮੈਂ ਵਿਹਲਾ ਨਹੀਂ ਰਹਾਂਗਾ, ਜਦੋਂ ਵਿਹਲਾ ਹੋਇਆ ਉਦੋਂ ਮੈਂ ਮਾਰ ਦਿਆਂਗਾ। ਉਹਨੇ ਕਿਹਾ ਸਿਆਪਾ ਗਲ ਕਾਹਦੇ ਲਈ ਪਾ ਲਿਆ, ਉਹਨੂੰ ਤਾਂ ਹੁਣ ਰੋਟੀ ਪਾਣੀ ਭੁੱਲ ਗਿਆ, ਜਿਹੜਾ ਕੰਮ ਕਹੇ ਉਹ ਫਟਾਫਟ ਕਰਕੇ ਆ ਕੇ ਫਿਰ ਦਿਖਾਈ ਦੇ ਦੇ, ਦੱਸੋ ਮਹਾਰਾਜ ਲਾਲਾ ਸਾਹਿਬ ਔਰ ਕੀ ਕਰਾਉਣਾ ਚਾਹਤੇ ਹੋ। ਹੁਣ ਕਿਹਾ ਵੀ ਚੰਗੀ ਬਲਾ ਛੇੜ ਲਈ, ਭੋਜਨ ਪਾਣੀ ਬੰਦ ਹੋ ਗਿਆ, ਲੜਕੀ ਬੜੀ ਸਤਸੰਗਣ ਨਿਤਨੇਮੀ ਸੀ, ਸੰਤਾਂ ਦੀ ਸੰਗਤ ਕਰਦੀ ਸੀ, ਵਿਦਵਾਨਾਂ ਦੀ। ਕਹਿਣ ਲੱਗੀ ਪਿਤਾ ਜੀ ਤੁਸੀਂ ਤਾਂ ਮਾਇਆ ਦੇ ਕੀੜੇ ਬਣੇ ਰਹੇ, ਸੰਗਤ ਕੀਤੀ ਨਹੀਂ ਮਹਾਂਪੁਰਖਾਂ ਦੀ, ਸੋ ਜੀ ਹੋਣੀ ਕਿੱਥੋਂ ਦੀ ਭੂਤਾਂ ਦੀ ਉਪਾਸ਼ਨਾ 'ਚ ਪੈ ਗਏ। ਭੂਤਾਂ ਅਣਜਾਣਤੀ ਭੂਤੇ ਜਿਹਾ, ਭੂਤਾਂ ਦੀ ਪੂਜਾ ਕਰਨ ਵਾਲਾ ਮਰ ਕੇ ਭੂਤ ਹੀ ਬਣਦਾ ਹੈ। ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਛਾਰ ਉਡਾਵੈ, ਮਹਾਮਾਈ ਕੀ ਪੂਜਾ ਕਰੇ, ਨਰਸੇ ਨਾਰ ਹੋਏ ਔਤਰ। ਤੁਮ ਕਹੀਏ ਤੁਹਾਂ ਆਦਿ ਭਵਾਨੀ, ਮੁਕਤ ਕੀ ਬਰੀਆ ਕਾਂ ਛੁਪਾਨੇ। ਸੋ ਇਸ ਵਾਸਤੇ ਜਿਲੇ ਐਸਾ ਹੋਇਆ, ਉਹ ਲੜਕੀ ਕਹਿੰਦੀ ਇਹ ਕਿਹੜਾ ਔਖਾ ਕੰਮ ਆ, ਕਹਿੰਦੇ ਮੈਂ ਤਾਂ ਬਹੁਤ ਉਲਝਣ ਵਿੱਚ ਫਸ ਗਿਆ, ਫਸਿਆ ਵੀ ਆਪੇ ਹੀ। ਕਹਿੰਦੇ ਇੱਕ ਬੜਾ ਸਾਰਾ ਬਾਂਸ ਕੱਢ ਦਿਓ, ਭੂਤ ਦੇ ਗਲ ਸੰਗਲ ਪਾ ਦਿਓ, ਉਹਨੂੰ ਕਹਿ ਤੂੰ ਇਹਦੇ 'ਤੇ ਚੜ੍ਹੀ ਜਾ, ਉਤਰੀ ਚੱਲ, ਨਾ ਉਹਦਾ ਚੜ੍ਹਨਾ ਹਾਂਜੀ ਉੱਤਰ ਮੁੱਕੇ,
ਅਤੇ ਨਾ ਵਿਹਲਾ ਹੋ ਕੇ ਤੈਨੂੰ ਮਾਰੇ। ਇਸ ਤਰ੍ਹਾਂ ਮਨ ਰੂਪੀ ਭੂਤ ਟਿਕਦਾ ਨਹੀਂ ਨਾ, ਇਹਦੇ ਵੀ ਵਿਚਾਰ ਦਾ ਸੰਗਲ ਪਾ ਦੇਈਏ ਔਰ ਧਰਮ ਦੇ ਥੰਮ ਨਾਲ ਇਹਨੂੰ ਬੰਨ ਦੇਈਏ, ਫਿਰ ਤਾਂ ਟਿਕੀ ਜਾਂਦਾ ਕਿ ਸੱਤ ਅਸਾਦੀ ਵਿਚਾਰ ਕਰੀ ਚੱਲ, ਅਸੱਤ ਤਿਆਗ ਦੇ ਸੱਤ ਗ੍ਰਹਿਣ, ਫਿਰ ਤਾਂ ਬਸ ਹੋ ਜਾਊਗਾ। ਨਹੀਂ ਤਾਂ ਮਨ ਦੇ ਮਾਰੇ ਮਰ ਗਏ ਕਾਜੀ ਮੁੱਲਾਂ ਸ਼ੇਖ, ਬੜਬੜੇ ਨੇ ਰਗੜ ਦਿੱਤੇ ਜਿਹੜੇ ਬੜਬੜੇ ਕਹਾਉਂਦੇ ਸੀ ਪਹਿਲਵਾਨ ਪੜਮੱਲ। ਸੋ ਇਸ ਕਰਕੇ ਇਹ ਜਿਹੜਾ ਸੰਸਾਰ ਹੈ ਇਸ ਦੀ ਦਸ਼ਾ ਐਸੀ ਹੈ। ਫਿਰ ਪੜੋ ਭਾਈ, ਭਗਤ ਆਨੰਦ ਮੈਂ। ਹਾਂ, ਇਹ ਬਾਕੀ ਜਿੰਨੀਆਂ ਵੀ ਪੂਜਾ ਹੈਗੀਆਂ ਇਹ ਕਲੇਸ਼ਦਾਈ ਹੈ, ਮੌਤ ਨੂੰ ਸੱਦਾ ਦੇਣ ਵਾਲੀਆਂ। ਪਰਮੇਸ਼ਰ ਦੀ ਭਗਤੀ ਜਿਹੜੀ ਹੈ ਉਹ ਕਲੇਸ਼ਾਂ ਨੂੰ ਕੱਟਦੀ ਹੈ, ਆਨੰਦ ਦੇਣ ਵਾਲੀ ਹੈ। ਜਾ ਕੇ ਭਗਤ ਕਉ ਨਾਹੀ ਖੈ। ਉਹਦਾ ਜਿਹੜਾ ਭਗਤ ਆ ਉਹਦਾ ਕਦੇ ਖੈ ਨਾਸ ਨਹੀਂ ਹੁੰਦਾ, ਉਹ ਸਦਾ ਹੀ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਉ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਉਹ ਨਹੀਂ ਖਤਮ ਹੁੰਦਾ ਹੈ, ਉਹ ਤਾਂ ਸਦਾ ਹੀ, ਕਿਉਂਕਿ ਉਹ ਉਹਦੇ ਵਿੱਚ ਅਭੇਦ ਹੋ ਗਿਆ ਜਿਹੜਾ ਸਦਾ ਰਹਿਣ ਵਾਲਾ ਹੈ। ਸਦਾ ਰਹਿਣ ਵਾਲਾ ਕੌਣ ਹੈ? ਪਰਮੇਸ਼ਰ। ਉਹਦੀ ਬੰਦਗੀ ਕਰਤੇ ਕਬੀਰ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਾਂ ਵਾਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਉਹ ਤਾਂ ਹਰ ਜਗ੍ਹਾ ਹੀ ਹੈ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਂ ਨਾਲੇ, ਪਠਾਣਾ ਖੂਨਖਾਰ ਲੋਕਾਂ ਦਾ ਹੜੰਬਾ ਧਰਤੀ ਐਸਾ ਦੇਸ਼ ਜਿੱਥੇ ਮਹਾਂਪੁਰਖਾਂ ਦਾ ਆਸਣ ਸੀ, ਔਰ ਜਾਣਾ ਹੀ ਇਹਨਾਂ ਨੂੰ ਚੁੱਕ ਕੇ ਜਖਸਤਾਨ ਲੈ ਜਾਈਏ, ਹਿੰਦੂ ਸੇ ਕਹਿਣਗੇ ਸਾਡਾ ਪੀਰ, ਕਹੇ ਇੰਨੀ ਮਾਇਆ ਦੇ ਦਿਓ ਫਿਰ ਛੱਡਾਂਗੇ, ਪੁਸ਼ਤਾਂ ਦੀ ਰੋਟੀ ਬਣ ਜਾਏਗੀ। ਕਦੀ ਮਾਰਨ ਵਾਸਤੇ ਤੁਰੇ ਰਹਿੰਦੇ ਸੀ, ਕਦੀ ਕੁਝ ਕਰਦੇ ਸੀ, ਕਦੀ ਕੁਝ ਕਰਦੇ ਸੀ, ਪਰ ਉਹਨਾਂ ਦੇ ਸਾਰੇ ਯਤਨ ਫੇਲ। ਇੱਕ ਵਾਰੀ ਆ ਗਏ, ਸੀਸ ਕਿਤੇ ਪਿਆ, ਧੜ ਕਿਤੇ ਆ, ਚਰਨ ਬਾਹਾਂ ਕਿਤੇ, ਕਹਿੰਦੇ ਲਓ ਬਈ ਇਹ ਸਲਾਮੀ ਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰਦਾ ਸੀ, ਇੱਥੇ ਇਹਨੂੰ ਕੀ ਅਧਿਕਾਰ, ਆਪਾਂ ਮਾਰਨ ਆਏ ਸੀ, ਇਹ ਕੋਈ ਹੋਰੇ ਕੰਮ ਕਰ ਗਿਆ, ਆਪਾਂ ਕਤਲ ਤੋਂ ਵੀ ਬਚ ਗਏ, ਕੰਮ ਕਰਨਾ ਜਿਹੜਾ ਚਾਹੁੰਦੇ ਸੀ ਉਹ ਤਾਂ ਹੋ ਗਿਆ। ਉਹ ਗਏ ਅਤੇ ਮਹਾਰਾਜ ਫਿਰ ਬੈਠੇ ਮਣਕੇ ਅਤੇ ਮਣਕਾ ਫੇਰ ਰਹੇ, ਹਾਂਜੀ, ਫਿਰ ਜ਼ਿਲ੍ਹੇ ਮੁੜੇ, ਹਾਂਜੀ, ਉੱਧਰ ਨੂੰ ਆਉਂਦੇ ਅਤੇ ਅੱਖਾਂ ਤੋਂ ਦਿਸਣਾ ਬੰਦ ਹੁੰਦਾ, ਸਿੱਧੀ ਨੀਤ ਨਾ ਆਉਂਦੇ ਹੈ ਅਤੇ ਦੀਦਾ, ਫਿਰ ਨੱਕ ਰਗੜ ਰਗੜ ਮਾਫੀਆਂ ਮੰਗ ਮੰਗਾਏ। ਜਿਹੜਾ ਉਹਦਾ ਬਣ ਜਾਂਦਾ ਨਾ ਉਹ ਨਾਸ ਵੀ ਨਹੀਂ ਹੁੰਦਾ, ਉਹਨੂੰ ਇਹੋ ਜਿਹਾ ਦੁਸ਼ਟਾਂ ਦਾ ਭੈ ਵੀ ਨਹੀਂ ਰਹਿੰਦਾ ਹੈ। ਜਾ ਕੇ ਭਗਤ ਕਉ ਨਾਹੀ ਭੈ। ਉਹਦਾ ਭਗਤ ਪ੍ਰਹਲਾਦ 5 ਸਾਲ ਦਾ ਸੀ ਨਾ, ਜਗ ਜਲ ਅਗਨੀ ਵਿੱਚ ਕੱਤਿਆ ਜਲੇ ਨਾ ਡੁੱਬੈ ਗੁਰਪੁਰਸ, ਗੁਰੂ ਦੀ ਪ੍ਰਸਾਦ ਨਾਲ ਸੀ, ਇਹ ਪ੍ਰਸਾਦ ਕਿਰਪਾ ਸੀ ਨਾ। ਉੱਧਰ ਹੁਣ ਬੋਤਲ ਲੇਟ ਲਈ ਹੈ, ਚਿੱਟੇ ਦਾ ਧੂੰਆਂ ਦਿਮਾਗ ਨੂੰ ਚੜ੍ਹਾ ਲਿਆ, ਡੋਡੇ ਭੰਗ ਅਫੀਮ ਮਾਵਾ ਖਾ ਲਿਆ, ਜੂਆ ਖੇਲਦਾ ਫਿਰਦਾ,
ਬੇਸਵਾ ਬਾੜੇ ਤੁਰਿਆ ਫਿਰਦਾ, ਕੰਜਰੀਆਂ ਦੇ ਗੀਤ ਡਾਂਸ ਨਾਚ ਮੁਜਰੇ ਦੇਖਦਾ ਫਿਰਦਾ, ਗੁਰੂ ਦੀ ਸਹਾਇਤਾ ਮਿਲ ਜੂਗੀ ਉਹਨੂੰ? ਉਹ ਤਾਂ ਉਸ ਰਸਤੇ ਤੋਂ ਕਰੋੜਾਂ ਕੋ ਪਰੇ ਜਾ ਚੁੱਕਾ ਹੈ। ਗੁਰੂ ਦੀ ਸਹਾਇਤਾ ਉਹਨੂੰ ਮਿਲਦੀ ਹੈ ਜਿਨ੍ਹਾਂ ਨੇ ਆਪਣਾ ਆਪ ਗੁਰੂ 'ਤੇ ਨਿਸ਼ਾਵਰ ਕਰਤਾ, ਗੁਰੂ ਵੀ ਆਪਣਾ ਆਪ ਉਹਨਾਂ 'ਤੇ ਨਿਸ਼ਾਵਰ ਕਰ ਦਿੰਦੇ ਆ। ਇਸ ਕਰਕੇ ਉਹ ਜਿਹੜਾ ਸੇਵਕ ਹੈ ਉਹਨੂੰ ਭੈ ਨਹੀਂ ਰਹਿੰਦਾ ਹੈ। ਭੈ ਨਾ ਕਾਹੂ ਕੋ ਦੇਤ ਨੈ ਭੈ ਮਾਨ ਤਾਨ ਕਹ ਨਾਨਕ ਸੁਣ ਰੇ ਮਨਾ ਗਿਆਨੀ ਥਾ। ਉਹਨੂੰ ਗਿਆਨੀ ਬ੍ਰਹਮ ਗਿਆਨੀ ਕਿਹਾ ਜਾਂਦਾ ਹੈ। ਉਹਦਾ ਜਿਹੜਾ ਭਗਤ ਆ ਜਿੱਥੇ ਵੀ ਚਲੇ ਜਾਂਦਾ ਉਹਦੀ ਉੱਥੇ ਜੈ ਜੈਕਾਰ ਹੁੰਦੀ ਹੈ। ਬਾਬਾ ਖੁਦਾਲ ਸਿੰਘ ਜੀ ਮਹਾਰਾਜ ਅਫਗਾਨਿਸਤਾਨ 'ਚ ਭੇਜਿਆ ਗਿਆ, ਨਾਲ ਟਹਿਲ ਸਿੰਘ ਗੁਲਾਬ ਸਿੰਘ ਅਬਦੂਤ ਕਿਰਿਆ 'ਚ ਘੁੰਮਦੇ ਆ। ਉੱਥੇ ਨਗਨ ਕੋਈ ਘੁੰਮ ਨਹੀਂ ਸਕਦਾ, ਕਹਿੰਦੇ ਪੱਥਰ ਮਾਰ ਮਾਰ ਕੇ ਇਹਨਾਂ ਨੂੰ ਮਾਰ ਦਿਓ। ਮਾਰਨ ਵਾਸਤੇ ਆਏ ਸਰੀਰ ਉਹਨਾਂ ਦੇ ਉੱਥੇ ਜੜ ਹੋ ਗਏ। ਕਹਿੰਦੇ ਤੁਮ ਕੌਣ ਹੋ? ਕਹਿੰਦੇ ਇਹ ਹਨ ਖੁਦ ਖੁਦਾ, ਇਹ ਮੁਹੰਮਦ ਸਾਹਿਬ, ਇਹ ਹਜ਼ਰਤ ਅਲੀ। ਕਹਿੰਦੇ ਹੱਦ ਹੋ ਗਈ, ਕਿਸੇ ਦੇ ਗੁਰੂ ਪੀਰ ਦਾ ਕੋਈ ਨਾਂ ਲੈ ਕੇ ਉਹ ਕਹੇ ਤਾਂ ਮੌਤ ਸਿਹੜ ਨਹੀਂ ਹੈ ਨਾ। ਫਿਰ ਅਫਗਾਨਿਸਤਾਨ ਵਿੱਚ ਕਹਿਣ ਲੱਗੇ, ਫਿਰ ਜੇ ਤੁਸੀਂ ਖੁਦ ਖੁਦਾ ਆ ਤਾਂ ਸਾਡੇ ਨਾਲ ਫਿਰ ਖਾਣਾ ਖਾਓ। ਉਹਨੇ ਗਾਂ ਦਾ ਮਾਸ ਬਣਾ ਕੇ ਲਿਆਂਦਾ। ਜਦੋਂ ਲਿਆਂਦਾ ਤਾਂ ਬਾਬਾ ਜੀ ਨੇ ਚੀਤਾ ਕੀਤਾ, ਹੱਥ ਧੋ ਕੇ ਛਿੱਟੇ ਮਾਰਤੇ। ਕਹਿੰਦੇ ਖਾਣਾ ਪਲੀਤ ਕਰਤਾ। ਕਹਿੰਦੇ ਜਦੋਂ ਤੁਸੀਂ ਕੋਈ ਚੀਜ਼ ਕਰਦੇ ਹਾਂ ਲੋਟਾ ਲੈ ਕੇ ਬੁਜੂ ਨਹੀਂ ਕਰਦੇ? ਕਹਿੰਦੇ ਕਰਦੇ ਹਾਂ। ਕਹਿੰਦੇ ਖੁਦ ਖੁਦਾ ਮੰਨਦੇ ਹਾਂ? ਅਖੇ ਹਾਂ। ਕਹਿੰਦੇ ਵੀ ਖੁਦਾ ਦਾ ਲੋਟਾ ਇਹਦੇ 'ਚੋਂ ਨਿਕਲਿਆ ਕਿਵੇਂ ਪਵਿੱਤਰ ਹੋ ਗਿਆ? ਬੜੇ ਸ਼ਰਮਿੰਦੇ ਹੋਏ। ਫਿਰ ਚੌਲ ਬਣਾ ਕੇ ਲਏ, ਇੱਕ ਇੱਕ ਚੌਲ ਦਾ ਸੂਰ ਦੇ ਬੱਚੇ ਬਣ ਬਣ ਜਿਉਂ ਨਿਕਲਣ ਲੱਗੇ। ਅਤੇ ਚਾਰ ਚੁਫੇਰੇ ਲਾਪੇ ਘੁੰਮਣ, ਪੈਰ ਰੱਖਣ ਨੂੰ ਥਾਂ ਕਿਤੇ ਨਾ। ਕਹਿੰਦੇ ਅੱਲਾਹ ਤਾਲਾ ਇਹ ਕੀ ਕਿਆਮਤ ਆ ਗਈ, ਇਹ ਡੂਮਣਾ ਮਖੀਲ ਕਾਹਨੂੰ ਛੇੜ ਬੈਠੇ? ਫਿਰ ਨਵਾਜ਼ ਪੜ੍ਹੋ, ਮਸੀਤੇ ਲੈ ਗਏ। ਉੱਥੇ ਫਿਰ ਮਸੀਤ ਘੁੰਮਦੀ ਦਿਖਾਈ ਅਤੇ ਬਾਬਾ ਖੁਦਾ ਸਿੰਘ ਦੇ ਚਰਨਾਂ 'ਚ ਨੱਕ ਰਗੜੇ। ਉਹ ਮਸੀਤ ਉਹਨਾਂ ਦਾ ਧਰਮ ਸਥਾਨ ਬਣ ਗਈ, ਕਿਉਂਕਿ ਜਿਹੜਾ ਉਹਦਾ ਬਣ ਜਾਂਦਾ ਨਾ ਉਹ ਫਿਰ ਉਹਨੂੰ ਕਲਾ ਵੀ ਪੂਰੀਆਂ ਦੇ ਦਿੰਦਾ, ਕੋਈ ਲੁਕੋ ਕੇ ਥੋੜ੍ਹੇ ਰੱਖਦਾ। ਰਾਜੇ ਦਾ ਜਿਹੜਾ ਵਫ਼ਾਦਾਰ ਹੁੰਦਾ ਨਾ ਉਹਨੂੰ ਰਾਜ ਸੱਤਾ ਵੀ ਸੰਭਾਲ ਲੈਂਦਾ ਨਾ, ਆਪਣੇ ਹੱਥੀਂ ਤਿਲਕ ਦੇ ਦਿੰਦਾ ਕਿ ਮੇਰੇ ਤੋਂ ਬਾਅਦ ਮੇਰੀ ਗੱਦੀ ਦਾ ਮਾਲਕ ਇਹ ਹੈ। ਅਤੇ ਜਦੋਂ ਆਪਾਂ ਉਹਦੇ ਬਣ ਜਾਂਦੇ ਹਾਂ ਉਹ ਵੀ ਫਿਰ ਆਪਣੇ ਪਿਆਰਿਆਂ ਤੋਂ ਕੁਝ ਲੁਕੋ ਕੇ ਨਹੀਂ ਰੱਖਦਾ, ਸਾਰੇ ਪ੍ਰਕਾਰ ਦੀ ਸੱਤਾ ਦੇ ਦਿੰਦਾ। ਅੱਜ ਮੂੰਹ ਚੌੜਾ ਕਰ ਦਿੰਦੇ ਸੰਤਾਂ ਨੇ ਕੀ ਕੀਤਾ, ਕਿਤੇ ਸੰਤਾਂ ਦਾ ਇਤਿਹਾਸ ਤਾਂ ਪੜ੍ਹ ਕੇ ਦੇਖੋ। ਬਾਬਾ ਵੀਰ ਸਿੰਘ ਨਰੰਗਾਬਾਦ ਸਿੱਖ ਰਾਜ ਵਾਸਤੇ 13,000 ਸਿਪਾਹੀਆਂ ਨਾਲ ਤੋਪਾਂ ਦੇ ਗੋਲਿਆਂ ਨਾਲ ਉੱਡੇ।
ਬਾਬਾ ਮਹਾਰਾਜ ਸਿੰਘ ਇਹ ਸਿੱਖ ਰਾਜ ਬਚਾਉਣ ਲਈ ਸਿੰਘਾਪੁਰ ਦੀਆਂ ਕਾਲ ਕੋਠੜੀਆਂ ਵਿੱਚ ਰਹੇ। ਬਾਬਾ ਖਦਾਸ ਸਿੰਘ ਲਾਹੌਰ ਅਫਗਾਨਿਸਤਾਨ ਹੜੰਬਾ ਧਰਤੀ 'ਚ ਜਾ ਕੇ ਇਹ ਗੱਲ ਕਹਿ ਦੇਣੀ, ਮੈਂ ਖੁਦ ਖਦਾ, ਇਹ ਮੇਰਾ ਚੇਲਾ ਮੁਹੰਮਦ ਅਤੇ ਹਜ਼ਰਤ ਅਲੀ ਹੈ, ਮੌਤ ਨੂੰ ਸੱਦਾ ਦੇਣ ਦੀ ਗੱਲ ਹੈ। ਪਰ ਜਿਨ੍ਹਾਂ ਸਾਧਾਂ ਵਿੱਚ ਇਹ ਤਾਕਤ, ਬਾਬਾ ਸਾਹਿਬ ਸਿੰਘ ਬੇਦੀ ਦੀ ਆਸ਼ੀਰਵਾਦ, ਇਹ ਡਾਂਕੇ ਦੀ ਚੋਟ ਨਾ, ਗੁਰੂ ਨਾਨਕ ਦੀ ਸਿੱਖੀ ਦਾ ਉਹੀ ਪ੍ਰਚਾਰ ਕਰ ਸਕਦੇ ਹਨ। ਜਾ ਕੇ ਭਗਤ ਕਉ ਸਦਾ ਜੈ, ਉਹਦਾ ਭਗਤ ਜਿੱਥੇ ਮਰਜ਼ੀ ਚਲੇ ਜਾਏ ਉੱਥੇ ਉਹਦੀ ਜੈ ਜੈਕਾਰ ਹੁੰਦੀ ਹੈ। ਬਾਬਾ ਭਾਗ ਸਿੰਘ ਕੁਰੀ ਵਾਲੇ ਮਹਾਂਪੁਰਖ, ਬਾਬਾ ਸਾਹਿਬ ਬੇਦੀ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕੀਤਾ, ਮਹਾਰਾਜ ਰਣਜੀਤ ਸਿੰਘ ਨੂੰ ਆਪ ਤਿਲਕ ਦਿੱਤਾ ਸੀ। ਬਾਬਾ ਭਾਗ ਸਿੰਘ ਜਗਨਨਾਥ ਦੇ ਮੰਦਿਰ 'ਚ ਗਏ, ਪੰਡਿਆਂ ਨੇ ਅੰਦਰ ਵੜਨ ਨਹੀਂ ਦਿੱਤਾ। ਜਿਲੇ ਹੁਣ ਭੋਗ ਲਵਾਉਣ ਗਏ ਅਤੇ ਅੱਖਾਂ ਮੀਟ ਕੇ ਲੱਗੇ ਭੋਗ ਲਵਾਉਣ, ਉਹ ਸੋਨੇ ਦੇ ਥਾਲ ਗਾਇਬ ਹੋ ਗਏ। ਉਹਨੇ ਕਿਹਾ ਉਹ ਕਿੱਥੇ ਗਏ? ਹੁਣ ਜਿਲੇ ਆਏ ਕਿ ਬਾਬਾ ਜੀ ਮਾਫ਼ ਕਰ ਦਿਓ, ਉਹ ਸੋਨੇ ਦੇ ਥਾਲ ਉਹਦੇ ਭੋਗ ਵਾਲੇ ਉਹਨਾਂ ਦੇ ਮੂਹਰੇ ਪਏ ਸੀ। ਫਿਰ ਮੁਆਫ਼ੀ ਮੰਗੀ ਕਿ ਉਹ ਪਰਮੇਸ਼ਰ ਕਿਹੜੀ ਕਿਹੜੀ ਕਲਾ ਵਿੱਚ ਘੁੰਮਦਾ ਹੈ। ਸੋ ਇਸ ਵਾਸਤੇ ਉਹਨੇ ਚੱਕ ਕੇ ਥਾਲ ਸਮੁੰਦਰ 'ਚ ਸੁੱਟ ਦਿੱਤਾ। ਕਹਿੰਦੇ ਮਹਾਰਾਜ ਰਾਜੇ ਵੱਲੋਂ ਆਉਂਦਾ ਇਹ, ਸਾਡੀ ਤਾਂ ਪੇਸ਼ੀ ਹੋ ਜਾਏਗੀ। ਕਹਿੰਦੇ ਜਾ ਕੇ ਦੇਖ ਲਓ, ਉੱਥੇ ਕਈ ਥਾਲ ਪਏ ਸੀ। ਇਸ ਕਰਕੇ ਉਹਦੇ ਜਿਹੜੇ ਬਣ ਜਾਂਦੇ ਹੈ ਉਹਨੂੰ ਇੰਨੀ ਤਾਕਤ ਦੇ ਦਿੰਦਾ ਹੈ, ਜਿੱਥੇ ਵੀ ਜਾਂਦੇ ਹੈ ਉਹਨਾਂ ਦੀ ਸਦਾ ਜੈ ਹੈ। ਉਹਨਾਂ ਨੂੰ ਹਾਰ ਦਾ ਮੂੰਹ ਨਹੀਂ ਦੇਖਣਾ ਪੈਂਦਾ, ਹਰ ਥਾਂ ਉਹ ਜੇਤੂ ਵਿਜੇਤੇ ਬਣ ਕੇ ਨਿਕਲਦੇ ਹਨ। ਕੌਣ ਉਪਮਾ ਤੇਰੀ ਕਹੀ ਜਾਏ, ਹੇ ਪਾਤਸ਼ਾਹ ਜੀ ਤੁਹਾਡੀ ਕਿਹੜੀ ਉਪਮਾ ਕਹੀ ਜਾਏ? ਤੁਹਾਡੇ ਵਰਗਾ ਕੋਈ ਉਪਮੇਹ ਹੋਵੇ ਤਾਂ ਕਹੀਏ ਨਾ, ਫਲਾਨਾ ਫਲਾਨੇ ਵਰਗਾ, ਆਪਣੇ ਵਰਗੇ ਤੁਸੀਂ ਆਪ ਜਾਂ ਆਪਣੇ ਪਿਆਰਿਆਂ ਨੂੰ, ਖਾਲਸਿਆਂ ਨੂੰ ਤੁਸੀਂ ਆਪਣੇ ਵਰਗੇ ਬਣਾਇਆ। ਹੁਣ ਬੰਦਾ ਬਹਾਦਰ ਨੂੰ ਫਰਕ ਸਿਰ ਪੁੱਛ ਰਿਹਾ, ਜਿੱਤ ਤੇਰੀ ਕਿ ਮੇਰੀ? ਕਹਿੰਦੇ ਜਿੱਤ ਮੇਰੀ। ਜਿਹੜੇ ਬੰਦੇ ਕੋਲ ਧਰਮ ਆ ਉਹ ਜੇਤੂ, ਜਿਹੜਾ ਅਧਰਮੀ ਜ਼ਾਲਮ ਆਦਮੀ ਹਾਰਿਆ ਹੋਇਆ ਬੰਦਾ ਕਿਸੇ ਦੇ ਗਲ ਪੈਂਦਾ ਨਾ, ਹੋਛਾ ਬੰਦਾ, ਨਿਰਦੋਸ਼ ਬੰਦਿਆਂ 'ਤੇ ਜ਼ੁਲਮ ਕਰਨਾ ਇਹ ਹੋਛੇ ਬੰਦਿਆਂ ਦਾ ਕੰਮ ਆ, ਸੂਰਮਿਆਂ ਦਾ, ਸਤਵਾਦੀ ਬੰਦਿਆਂ ਦਾ ਕੰਮ ਨਹੀਂ। ਕਹਿੰਦੇ ਜਬੂਰਾਂ ਨਾਲ ਮਾਸ ਨੋਚਦੇ ਦੁੱਖ ਨਹੀਂ ਲੱਗਦਾ। ਕਹਿੰਦੇ ਸਰੀਰ ਆਤਮਾ ਦਾ ਕੋਠਾ ਹੈ, ਬਾਹਰ ਗੜੇ ਪੈਂਦੇ ਮੀਂਹ ਹਨੇਰੀ, ਝੱਖੜ ਝੁੱਲਦਾ, ਕੋਈ ਚੂਨੇ ਗਹਿਗਜ ਮਕਾਨ 'ਚ ਬੈਠਾ ਅੰਦਰ ਬੈਠੇ ਨੂੰ ਕੋਈ ਦੁੱਖ ਹੈ? ਅਖੇ ਉਹ ਤਾਂ ਸੁੱਖ ਵਾਸਤੇ ਮਕਾਨ ਬਣਾਇਆ। ਕਹਿੰਦੇ ਸਰੀਰ ਤਾਂ ਆਤਮਾ ਦਾ ਕੋਠਾ, ਮੈਂ ਸਰੀਰ ਥੋੜ੍ਹੀ ਹਾਂ, ਮੈਂ ਆਤਮਾ ਹਾਂ। ਕਹਿੰਦੇ ਤੇਰੇ ਪੁੱਤ ਦਾ ਕਾਲਜਾ ਮੂੰਹ 'ਚ ਤੁਨਿਆ, ਆਂਦਰਾਂ ਗਲ 'ਚ ਪਾਈਆਂ। ਕਹਿੰਦੇ ਜਦੋਂ ਕਿਸੇ ਨੇ ਡੋਲਾ ਦੇਣਾ ਹੁੰਦਾ ਨਾ, ਦੜਕੀ ਜੈਮਾਲਾ ਪਾਉਂਦੀ ਹੈ, ਜਦੋਂ ਸ਼ਗਨ ਹੁੰਦਾ ਛੁਹਾਰਾ ਲਾਇਆ ਜਾਂਦਾ, ਇਹੋ ਜਿਹਾ ਸ਼ਰਮਿੰਦਾ ਕੀਤਾ ਉਹਨੂੰ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਹ ਮਹਾਰਾਜ ਦਸਮ ਪਾਤਸ਼ਾਹ ਦੇ ਸਿੰਘਾਂ ਦਾ ਇਤਿਹਾਸ ਹੈ, ਇਹ ਕੋਈ ਮਿਥਿਹਾਸਕ ਗੱਲਾਂ ਨਹੀਂ।
ਇਸ ਸੰਸਾਰ 'ਤੇ ਹੋਈਆਂ ਉਹ ਜਿਹੜੀਆਂ ਗੱਲਾਂ ਹੋਈਆਂ ਅੱਜ ਅਡੈਰ ਦੀ ਹਿਸਟਰੀ 'ਚ ਬੱਚਿਆਂ ਨੂੰ ਪੜ੍ਹਾਈਆਂ ਜਾ ਰਹੀਆਂ। ਰਵਿੰਦਰਨਾਥ ਟੈਗੋਰ ਨੇ ਉਹ ਗੱਲਾਂ ਲਿਖੀਆਂ ਬੰਦੇ ਬਹਾਦਰ ਨੂੰ ਬੀਰ ਕਰਕੇ ਕਵਿਤਾ, ਪਰ ਅਸੀਂ ਭੁੱਲਦੇ ਜਾ ਰਹੇ ਹਾਂ। ਸਾਡਾ ਸੁਭਾਅ ਬਣ ਗਿਆ ਕਿ ਆਪਾਂ ਆਪਣਿਆਂ ਦੀ ਮਿੱਟੀ ਪੁੱਟੀ ਜਾਣੇ ਹਾਂ, ਸਤਿਕਾਰ ਕਰਨਾ ਨਹੀਂ ਸਿੱਖਿਆ, ਆਪ ਕਰਨ ਜੋਗੇ ਕੁਛ ਨਹੀਂ, ਜਿਹਨੇ ਕੀਤਾ ਉਹਨਾਂ ਦੀ ਨਿੰਦਿਆ ਜ਼ਰੂਰ ਕਰਨ ਨੂੰ ਤਕੜੇ ਹੋ ਗਏ। ਆਪ ਉਹਨਾਂ ਦੇ ਚੂਰੂ ਭਰ ਪਾਣੀ ਅਤੇ ਨਿੰਦਿਆ ਜਿਹ ਗੰਗਾ ਆਨੀ। ਇਸ ਕਰਕੇ ਇਹ ਮਹਾਰਾਜ ਨੇ ਐਸੇ ਸਿੰਘ, ਐਸੇ ਸੰਤ, ਐਸੇ ਦਾਨੀ, ਐਸੇ ਸੂਰਮੇ, ਐਸੇ ਤਿਆਗੀ ਬਰਾਗੀ ਪੈਦਾ ਕੀਤੇ। ਅੱਜ ਉਸ ਗੁਰੂ ਨੂੰ ਛੱਡ ਕੇ ਅਸੀਂ ਦਹਿਣੇ ਮੈਂ ਭਟਕਦੇ ਫਿਰਦੇ ਹਾਂ, ਇਸੇ ਕਰਕੇ ਖੈਰ ਕਿਸੇ ਪਾਸਿਓਂ ਨਹੀਂ ਪੈਂਦੀ ਹੈ। ਕੌਣ ਹੁਕਮਾ ਤੇਰੀ ਕਹੀ ਜਾਏ। ਇਹ ਪਾਤਸ਼ਾਹ ਜੀ ਤੇਰੀ ਕਿਹੜੀ ਕਿਹੜੀ ਉਪਮਾ, ਇੱਕ ਥੋੜ੍ਹੀ ਹੈ, ਤੇਰੀ ਉਪਮਾ ਨਹੀਂ ਕਹੀ ਜਾਂਦੀ ਹੈ। ਸੁਖਦਾਤਾ ਪ੍ਰਭ ਰਹਿਓ ਸਮਾਏ। ਉਹ ਸੁੱਖਾਂ ਦਾ ਦਾਤਾ ਤਾਂ ਹਰ ਜਗ੍ਹਾ ਹੀ ਸਮਾਇਆ ਹੋਇਆ, ਜਿੱਥੇ ਵੀ ਉਹਨੂੰ ਚੇਤੇ ਕਰੀਏ ਉੱਥੇ ਹੀ ਉਹ ਹਾਜ਼ਰ ਹੋ ਜਾਂਦਾ ਹੈ। ਨਾਨਕ ਜਾਜੈ ਏਕ ਦਾਨ। ਇਹ ਪਾਤਸ਼ਾਹ ਇੱਕ ਦੱਖਣਾ ਤੋ ਪਹਿ ਮੰਗੋ, ਦੇਹੋ ਆਪਣਾ ਨਾਮ, ਦੇਹ ਨਾਮ ਸੰਤੋਖੀਆ ਉਤਰੈ ਮਨ ਕੀ, ਇਹ ਕਿਰਪਾ ਕਰਕੇ ਦਾਨ ਦੇ ਦਿਓ। ਕਰ ਕਿਰਪਾ ਮੋਹੇ ਦੇਹੋ ਨਾਮ। ਕਿਰਪਾ ਕਰਕੇ ਆਪਣਾ ਨਾਮ ਦੇ ਦਿਓ। ਅੱਜ ਵੀ ਬਹੁਤ ਚੱਲਦਾ, ਅਸੀਂ ਫਲਾਨੇ ਤੋਂ ਨਾਮ ਦੇ ਨਾਮਦਾਨ ਲਿਆਏ ਹਾਂ। ਇਹ ਨਾਮਦਾਨ ਜਿਹੜੇ ਲੈਣ ਵਾਲੇ ਹੈ, ਇਹਨਾਂ 'ਚੋਂ ਅੱਜ ਤਾਂ ਕੋਈ ਤਾਰੂ ਸਿੰਘ ਨਿਕਲਿਆ, ਕੋਈ ਬਾਬਾ ਦੀਪ ਸਿੰਘ ਨਿਕਲਿਆ, ਕੋਈ ਭਾਈ ਮਨੀ ਸਿੰਘ ਨਿਕਲਿਆ, ਕੋਈ ਸ਼ਿਵਾਜ ਸਿੰਘ ਸਵੇਜ ਸਿੰਘ ਬਣਿਆ, ਸਿਰਫ ਗਿਣਤੀ ਹੈ ਕਿ ਅਸੀਂ ਇੰਨਿਆਂ ਨੂੰ ਨਾਮਦਾਨ ਦੇ ਦਿੱਤਾ। ਕਣਕ ਬੀਜੀ ਹੈ, ਬੂਟੇ ਕਿਸੇ ਨੂੰ ਸਿੱਟਾ ਪਿਆ ਹੀ ਨਹੀਂ, ਝਾੜ ਕੋਈ ਨਿਕਲਿਆ ਹੀ ਨਹੀਂ, ਕੀ ਫਾਇਦਾ ਹੋਇਆ ਉਹਦਾ। ਇਹ ਵੀ ਲੋਕਾਂ ਨੇ ਇੱਕ ਐਸਾ ਪ੍ਰਪੰਚ ਬਣਾ ਲਿਆ ਹੈ, ਨਾਮ ਤੋਂ ਕੋਈ ਚਰਖਾ ਕੱਤਣ ਵਾਲੀ ਕੁੜੀ ਵੀ ਅੱਖਰ ਸੁਣਾ ਦੂਗੀ, ਪਰ ਨਾਮ ਦੀ ਬਰਕਤ ਪੂਰਾ ਗੁਰੂ ਹੀ ਪੈਦਾ ਕਰ ਸਕਦਾ। ਪੂਰਾ ਪ੍ਰਭ ਅਰਾਧਿਆ ਨਾਉ ਨਾਨਕ ਪੂਰਾ। ਹਾਂਜੀ, ਕਰ ਕਿਰਪਾ ਮੋਹਿ ਦੇਹੋ ਨਾਮ। ਕਿਰਪਾ ਕਰਕੇ ਨਾਮ ਦੇ ਦਿਓ। ਜਿਨ੍ਹਾਂ ਨੂੰ ਨਾਮ ਮਿਲਿਆ ਸੀ ਨਾ, ਮਤੀ ਦਾਸ ਬਣ ਕੇ ਸਕੰਜੇ ਵਿੱਚ ਆ ਰਹੇ ਨਾ, ਚੀਰਿਆ ਜਾ ਰਿਹਾ, ਨਾਮ ਹੈਗਾ ਸੀ ਨਾ, ਦਿਆਲਾ ਆਲੂ ਮੰਗ ਦੇਗ ਵਿੱਚ ਉਬਲ ਰਿਹਾ, ਸਤੀ ਦਾ ਲੋਗੜ ਬਣ ਕੇ ਜਲਾਇਆ ਜਾ ਰਿਹਾ, ਨਾਮ ਸੀ। ਪਰ ਗੱਲਾਂ ਨਾਮ ਦੀਆਂ ਬਹੁਤ ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸੁਧਾ ਕਾਲੀਆਂ ਬਾਹਰੋਂ ਚਿਟਬੀਆਂ, ਰੀਸਾਂ ਕਰੇ ਤਨਾੜੀਆਂ ਜੋ ਸੇਵਾ ਦਰਖ। ਰੀਸਾਂ ਤਾਂ ਉਹਨਾਂ ਨਹੀਂ ਆ ਜਿਹੜੇ ਉਹਦੇ ਦਰਬਾਰ ਵਿੱਚ
ਬਖਸ਼ਿਸ਼ ਲੈ ਕੇ ਖਲੋਤੇ ਹੈ, ਪਰ ਇਹ ਗੱਲਾਂ ਨਾ ਚੀਜ਼ ਮਿਲਣ ਵਾਲੀ ਨਹੀਂ, ਇਹ ਤਾਂ ਗੁਰੂ ਕੀ ਬਖਸ਼ਿਸ਼ ਨਾਲ ਹੀ ਭਾਈ ਪ੍ਰਾਪਤ ਹੁੰਦੀ ਹੈ। ਇਹ ਪਵਿੱਤਰ ਵਿਚਾਰ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤੇ ਹੈ, ਗੁਰੂ ਮਹਾਰਾਜ ਕਿਰਪਾ ਕਰਨ ਇਹ ਪਵਿੱਤਰ ਵਿਚਾਰ ਸਾਡੇ ਹਿਰਦੇ 'ਚ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ ਵੀ ਧੰਨਵਾਦ। ਮਹਾਰਾਜ ਮਿਹਰ ਕਰਨ, ਸਭ ਨੂੰ ਨਾਮਦਾਨ, ਸਿੱਖੀ, ਸਿਦਕ, ਭਰੋਸਾ, ਤੰਦਰੁਸਤੀ ਬਖਸ਼ਿਸ਼ ਕਰਨ। ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।